ਸਭ ਤੋਂ ਪਹਿਲਾਂ ਮੈਂ ਸਾਡੇ ਡਿਸਟਿੰਗੁਇਸ਼ ਗੈਸਟ ਮਹਾਰਾਣੀ ਪ੍ਰਨੀਤ ਕੌਰ ਜੀ, ਵਿਦੇਸ਼ ਮੰਤਰੀ ਭਾਰਤ ਸਰਕਾਰ, ਉਹਨਾਂ ਦਾ ਉਹਦੇ ਪਹੁੰਚਣ 'ਤੇ ਜੀ ਆਇਆਂ ਆਖਦਾ। ਉਹਨਾਂ ਦੇ ਨਾਲ ਸਾਡੇ ਹਲਕੇ ਦੀ ਜਾਨ ਸਰਦਾਰ ਰਜਿੰਦਰ ਸਿੰਘ ਜੀ, MLA ਹਲਕਾ ਸਮਾਣਾ ਦਾ, ਉਹਨਾਂ ਦਾ ਵੀ ਉਹਦੇ ਪਹੁੰਚਣ 'ਤੇ ਵਿਸ਼ੇਸ਼ ਤੌਰ 'ਤੇ ਜੀ ਆਇਆਂ ਆਖਦਾ। ਨਾਲ ਸਰਦਾਰ ਸੁਰਿੰਦਰ ਸਿੰਘ ਜੀ ਖੇਡਕੀ ਅਤੇ ਹੋਰ ਸਾਡੇ ਜਿਹੜੇ ਪਤਵੰਤੇ ਅਤੇ ਰਿਸਪੈਕਟੇਬਲ ਪਰਸਨ ਇੱਥੇ ਪਹੁੰਚੇ ਨੇ, ਉਹਨਾਂ ਦਾ ਜੀ ਆਇਆਂ ਆਖਦਾ। ਸਭ ਤੋਂ ਪਹਿਲਾਂ ਮੈਂ ਪੜਾਅ 'ਚ ਬੇਨਤੀ ਕਰੂੰਗਾ ਵੀ ਜਿੰਨੀਆਂ ਚੇਅਰ ਲੱਗੀਆਂ ਸੀ ਉਹ ਤੋਂ ਕਿਤੇ ਵੱਧ ਗਿਣਤੀ 'ਚ ਲੋਕ ਜਿਹੜੇ ਉਹਨੇ ਪਹੁੰਚੇ ਨੇ। ਇਸ ਕਰਕੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਆਪਣੇ ਆਪਣੇ ਜਿੱਥੇ ਥਾਂ ਮਿਲਦੀ ਹੈ, ਜਿੱਥੇ ਜਿੱਥੇ ਥਾਂ ਮਿਲਦੀ ਹੈ ਉੱਥੇ ਬੈਠਣ ਦੀ ਕਿਰਪਾਲਤਾ ਕਰਨ। ਮੈਂ ਸਭ ਤੋਂ ਪਹਿਲਾਂ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਕਿ ਉਹ ਉਰੇ ਪਹੁੰਚੇ। ਅੱਜ ਮੌਕਾ ਸਿਰਫ ਇਹ ਨਹੀਂ ਹੈਗਾ ਕਿ ਇਲੈਕਸ਼ਨ ਹੈ, ਉਸਦੇ ਮੁਤਲਕ ਮਹਾਰਾਣੀ ਸਾਹਿਬ ਨੇ ਉਰੇ ਪਹੁੰਚਣਾ ਸੀ। ਇਹ ਸਾਡੇ ਲਈ ਬਹੁਤ ਸੁਭਾਗ ਦੀ ਗੱਲ ਹੈ ਕਿ ਉਹ ਸਾਡੇ ਪਿੰਡ ਵਿੱਚ ਅੱਜ ਉਰੇ ਪਹੁੰਚੇ ਨੇ, ਕਿਉਂਕਿ ਸਰਦਾਰ ਰਜਿੰਦਰ ਸਿੰਘ ਜੀ MLA ਹਲਕਾ ਸਮਾਣਾ ਵੱਲੋਂ ਜੋ ਵਿਕਾਸ ਦੇ ਕਾਰਜ ਆਪਣੇ ਇਹ ਪਿਛਲੇ 2-2.5 ਸਾਲ ਦੇ ਸਮੇਂ ਦੌਰਾਨ ਕੀਤੇ ਗਏ ਨੇ, ਉਹ ਕੰਮਾਂ ਦਾ ਜਿਹੜਾ ਧੰਨਵਾਦ ਕਰਨ ਦਾ ਮੌਕਾ ਹੈ, ਉਹ ਹੁਣ ਸਹੀ ਸਮਾਂ ਕਿ ਅਸੀਂ ਆਪਣੇ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਨੂੰ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ, ਤਾਂ ਜੋ ਜਿੰਨੇ ਕੰਮ ਸਾਡੇ ਇਲਾਕੇ 'ਚ ਜਿਸ ਰਫਤਾਰ ਨਾਲ ਸਰਦਾਰ ਰਜਿੰਦਰ ਸਿੰਘ ਜੀ MLA ਹਲਕਾ ਸਮਾਣਾ ਨੇ ਕਰਵਾਏ ਨੇ, ਉਸ ਤੋਂ ਵੱਧ ਗਿਣਤੀ 'ਚ ਉਹ ਕੰਮ ਹੋਰ ਉਹਨਾਂ ਨੂੰ ਰਫਤਾਰ ਮਿਲ ਸਕੇ। ਕਿਉਂਕਿ ਜਦੋਂ ਸੈਂਟਰ ਦੇ ਵਿੱਚ ਵੀ ਜੋ ਵੀ ਲਗਭਗ ਤੈਅ ਹੈ ਵੀ ਕਾਂਗਰਸ ਦੀ ਸਰਕਾਰ ਹੋਣੀ, ਜਿਸ ਪ੍ਰਕਾਰ ਦਾ ਮਾਹੌਲ ਅਸੀਂ ਪੂਰੇ ਦੇਸ਼ 'ਚ ਦੇਖ ਰਹੇ ਹਾਂ ਅਤੇ ਜਿਸ ਪ੍ਰਕਾਰ ਦਾ ਮਾਹੌਲ ਅਸੀਂ ਆਪਣੇ ਹਲਕੇ 'ਚ ਅਤੇ ਆਪਣੀ ਕੌਨਸਟੀਚੁਐਂਸੀ 'ਚ ਦੇਖ ਰਹੇ ਹਾਂ, ਉਸ ਤੋਂ ਬੜਾ ਸਪਸ਼ਟ ਕਲੀਅਰ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਹੋਣੀ ਬਿਲਕੁਲ ਤੈਅ ਹੈ। ਅਤੇ ਮਹਾਰਾਣੀ ਸਾਹਿਬ ਜਦੋਂ ਸਾਡੇ ਇਸ ਹਲਕੇ ਨੂੰ ਰੀਪ੍ਰੈਜੈਂਟ ਕਰਦੇ ਹੋਏ ਸੈਂਟਰ ਦੇ ਵਿੱਚ ਮਿਨਿਸਟਰ ਹੋਣਗੇ, ਤਾਂ ਉਸ ਸਮੇਂ ਸਾਡੀ ਇਸ ਰਫਤਾਰ ਨੂੰ ਹੋਰ ਮਿਲਣਾ ਸੁਭਾਵਿਕ ਹੈ। ਮੈਂ ਸਾਡੇ ਬਲਜੀਤ ਕੌਰ ਜੀ ਸਰਪੰਚ ਸ਼ੇਰ ਮਾਜਰਾ ਅਤੇ ਸਰੋਜ ਬਾਲਾ ਜੀ MC, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਮਹਾਰਾਣੀ ਸਾਹਿਬ ਨੂੰ ਬੁਕੇ ਦੇ ਕੇ ਸਨਮਾਨਿਤ ਕਰਨ। ਮੈਂ ਪੜਾਅ 'ਚ ਹਾਜ਼ਰ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਇੱਕ ਜ਼ੋਰਦਾਰ ਜੈਕਾਰਾ ਲਾ ਕੇ ਇਸ ਪੜਾਅ 'ਚ ਆਪਣੀ ਹਾਜ਼ਰੀ ਜਿਹੜੀ ਹੈ ਉਹ ਪ੍ਰਵਾਨ ਚੜਾਓ। ਕਾਂਗਰਸ ਪਾਰਟੀ, ਕਾਂਗਰਸ ਪਾਰਟੀ, ਮਹਾਰਾਣੀ ਪ੍ਰਨੀਤ ਕੌਰ ਜੀ, ਸਰਦਾਰ ਰਜਿੰਦਰ ਸਿੰਘ ਜੀ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਬਲਾਕ ਸ਼ਕਤੀ ਮੈਂਬਰ ਸ਼੍ਰੀ ਮੋਹਨ ਚੰਦ ਜੀ ਅਤੇ ਨਾਲ ਕੁਲਦੀਪ ਜੀ, ਉਹ ਨਾਲ ਸੁਖਵਿੰਦਰ ਕੁਮਾਰ ਛੀਨਾ ਜੀ, ਸਾਡੇ MLA ਸਾਹਿਬ ਰਜਿੰਦਰ ਸਿੰਘ ਜੀ ਨੂੰ ਸਨਮਾਨਿਤ ਕਰਨਗੇ ਬੁਕੇ ਦੇ ਕੇ, ਤਾਂ ਜੋ ਅਸੀਂ
ਜਿਹੜਾ ਅੱਗੇ ਪ੍ਰੋਟੋਕੋਲ ਦੇ ਮੁਤਾਬਕ ਚਲਾ ਸਕੀਏ। ਮੈਂ ਮਹਾਰਾਣੀ ਸਾਹਿਬ ਨੂੰ ਦੱਸਣਾ ਚਾਹਾਂਗਾ ਕਿ ਸਾਡੇ ਪਿੰਡ ਵਿੱਚ ਖਾਸ ਕਰ ਇਸ ਪੂਰੇ ਹਲਕੇ 'ਚ ਸਰਦਾਰ ਲਾਲ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦਾ ਜੋ ਯੋਗਦਾਨ ਰਿਹਾ ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਮੈਂ ਮਹਾਰਾਣੀ ਸਾਹਿਬ ਦੇ ਇੱਕ ਛੋਟੀ ਜਿਹੀ ਝਾਤ ਪਾਉਣਾ ਚਾਹੁੰਦਾ ਸਾਡੇ ਪਿੰਡ ਦੇ ਕੀਤੇ ਕੰਮਾਂ ਦੇ ਮੁਤਲਕ। ਕਾਂਗਰਸ ਪਾਰਟੀ ਅਤੇ ਸਰਦਾਰ ਲਾਲ ਸਿੰਘ ਜੀ ਨੇ ਸਾਡੇ ਪਿੰਡ ਦੇ ਲਈ ਸਭ ਤੋਂ ਪਹਿਲਾਂ ਪੰਜਵੀਂ ਦਾ ਸਕੂਲ ਸੀ ਜਿਹੜਾ ਉਹਨੂੰ ਅੱਠਵੀਂ ਤੱਕ ਕਰਵਾਇਆ, ਫਿਰ ਅੱਠਵੀਂ ਦੇ ਸਕੂਲ ਨੂੰ ਦਸਵੀਂ ਦਾ, ਫਿਰ ਦਸਵੀਂ ਤੋਂ ਬਾਅਦ ਉਹਨੂੰ ਪਲੱਸ ਟੂ ਦਾ ਸਕੂਲ ਕਰਵਾਇਆ। ਇਸ ਕਰਕੇ ਐਜੂਕੇਸ਼ਨ ਦੇ ਸੈਕਟਰ 'ਚ ਜਿੰਨਾ ਮੈਕਸੀਮਮ ਕੰਮ ਇਸ ਪਿੰਡ 'ਚ ਹੋ ਸਕਦਾ ਸੀ ਉਹ ਸਰਦਾਰ ਲਾਲ ਸਿੰਘ ਅਤੇ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਦੇ ਯਤਨਾਂ ਸਦਕਾ ਹੋਇਆ। ਮਹਾਰਾਣੀ ਸਾਹਿਬ ਸਾਡੇ ਇਸ ਹਲਕੇ ਦੇ ਰਿਪ੍ਰੈਜੈਂਟੇਟਿਵ ਨੇ, MP ਨੇ, ਉਹਨਾਂ ਦਾ ਵੀ ਸਾਡੇ ਹਲਕੇ 'ਤੇ ਵਿਸ਼ੇਸ਼ ਤੌਰ 'ਤੇ ਬਹੁਤ ਯੋਗਦਾਨ ਰਹੇ। ਉਸ ਤੋਂ ਇਲਾਵਾ ਮਹਾਰਾਣੀ ਸਾਹਿਬ ਨੂੰ ਮੈਂ ਦੱਸਣਾ ਚਾਹਾਂਗਾ ਕਿ ਐਜੂਕੇਸ਼ਨ ਸੈਕਟਰੀ ਵੀ ਐਜੂਕੇਸ਼ਨ ਸੈਕਟਰ ਦੇ ਨਾਲ ਰਿਲੇਟਡ ਇੱਕ ਹੋਰ ਗੱਲ ਮੈਂ ਦੱਸਣੀ ਚਾਹੂੰ ਜੋ ਕਿ ਸ਼ਾਇਦ ਐਜੂਕੇਸ਼ਨ ਪਾਲਿਸੀ ਹੈ ਜੋ ਪੰਜਾਬ ਸਰਕਾਰ ਦੀ ਉਹਨਾਂ ਨੂੰ ਸਾਡੇ ਤੋਂ ਵੱਧ ਪਤਾ ਹੈ ਵੀ ਥੋੜ੍ਹੇ ਡਿਸਟੈਂਸ 1 ਕਿਲੋਮੀਟਰ ਦੇ ਏਰੀਏ 'ਚ ਪਲੱਸ ਟੂ ਦੇ 2 ਸਕੂਲ ਨਹੀਂ ਹੋ ਸਕਦੇ, ਪਸਿਆਣਾ ਅਤੇ ਸ਼ੇਰ ਮਾਜਰਾ। ਇਹਨਾਂ ਦਾ ਲਗਭਗ ਡਿਸਟੈਂਸ ਹੈ ਜੋ ਉਹ 1 ਕਿਲੋਮੀਟਰ ਹੈ ਅਤੇ ਦੋਵੇਂ ਪਿੰਡਾਂ ਦੇ ਵਿੱਚ ਪਲੱਸ ਟੂ ਦੇ ਸਕੂਲ ਨੇ। ਇਸ ਕਰਕੇ ਇਹ ਸਾਡੇ MLA ਸਾਹਿਬ ਦੇ ਯਤਨ, ਇਹ ਸਾਡੇ MLA ਸਾਹਿਬ ਦੀ ਐਜੂਕੇਸ਼ਨ ਸੈਕਟਰ ਦੇ ਸੰਬੰਧੀ ਸਾਡੇ ਪਿੰਡਾਂ ਨੂੰ ਦੇਣ, ਉਹਨੂੰ ਕਲੀਅਰ ਤੌਰ 'ਤੇ ਰਿਫਲੈਕਟ ਕਰਦੇ ਨੇ। ਇਸ ਤੋਂ ਇਲਾਵਾ ਜੇ ਮੈਂ ਹੈਲਥ ਸੈਕਟਰ ਦੀ ਗੱਲ ਕਰਾਂ ਤਾਂ ਸਾਡੇ ਪਿੰਡ ਵਿੱਚ ਅਤੇ ਸਾਡੇ ਨਾਲ ਦੇ ਪਿੰਡਾਂ 'ਚ ਵੀ ਸਾਡੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਜੋ ਆਯੁਰਵੈਦਿਕ ਡਿਸਪੈਂਸਰੀ ਆਈ ਉਹ ਸਰਦਾਰ ਲਾਲ ਸਿੰਘ ਜੀ ਦੇ ਯਤਨਾ ਸਦਕਾ ਆਈ। ਉਸ ਤੋਂ ਬਾਅਦ ਪਸ਼ੂਆਂ ਦੇ ਲਈ ਜੋ ਵੈਟਰਨਰੀ ਹੋਸਪਿਟਲ ਆਇਆ ਉਹ ਸਰਦਾਰ ਲਾਲ ਸਿੰਘ ਜੀ ਦੇ ਯਤਨਾ ਸਦਕਾ ਆਇਆ। ਇਸ ਤੋਂ ਇਲਾਵਾ ਜੋ ਸਮੇਂ ਸਮੇਂ 'ਤੇ ਮੈਡੀਕਲ ਕੈਂਪ ਅਤੇ ਮੋਬਾਈਲ ਕੈਂਪ ਦੀ ਸੁਵਿਧਾ ਸਾਡੇ ਖੇਤਰ ਨੂੰ ਮਿਲੀ ਉਸ ਸਾਰੇ ਸੁਵਿਧਾ ਦਾ ਜੋ ਹੈਲਥ ਸੈਕਟਰ 'ਚ ਬੜਾ ਵੱਡੇ ਤਰੀਕੇ ਨਾਲ ਇੰਪਰੂਵਮੈਂਟਸ ਕੀਤੀਆਂ ਉਹਦਾ ਅਸੀਂ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਅਤੇ ਮਹਾਰਾਣੀ ਸਾਹਿਬ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਸਰਦਾਰ ਰਜਿੰਦਰ ਸਿੰਘ ਜੀ MLA ਹਲਕਾ ਸਮਾਣਾ ਅਤੇ ਸਰਦਾਰ ਲਾਲ ਸਿੰਘ ਜੀ ਨੇ ਜੋ ਸਾਡੇ ਪਿੰਡ 'ਚ ਇੰਨੇ ਵਿਕਾਸ ਦੇ ਕਾਰਜ ਕਰੇ ਨੇ ਉਹਦਾ ਥੈਂਕਸ ਕਰਨ ਦਾ ਜਿਹੜਾ ਮੌਕਾ ਹੈ ਉਹ ਸਾਡੇ ਕੋਲ ਇਸ ਤੋਂ ਵਧੀਆ ਨਹੀਂ ਹੋ ਸਕਦਾ ਕਿ ਅਸੀਂ 19 ਮਈ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਈਏ। ਸਾਡਾ ਯੂਥ, ਸਾਡੇ ਸੀਨੀਅਰ ਲੀਡਰ ਘਰ ਘਰ ਜਾ ਕੇ ਯੂਥ ਲੈਵਲ 'ਤੇ ਵੋਟਰ ਲਿਸਟ ਦੇ ਪੰਨਾ ਲੈਵਲ ਤੱਕ ਇੱਕ ਇੱਕ ਵੋਟ ਨੂੰ ਸਰਚ ਕਰਕੇ ਕਾਂਗਰਸ ਪਾਰਟੀ ਨੂੰ ਵੋਟ ਭੁਗਤਾਉਣ, ਕਾਂਗਰਸ ਪਾਰਟੀ ਦੇ ਹੱਕ 'ਚ ਵੋਟ ਭੁਗਤਾਉਣ ਦੇ ਲਈ ਪੂਰੀ ਤਰ੍ਹਾਂ ਪ੍ਰਤੱਖ ਨੇ। ਇਸ ਤੋਂ ਇਲਾਵਾ ਜੇ ਮੈਂ ਦੂਜੇ ਕਿੱਤਿਆਂ ਦੀ ਵੀ ਗੱਲ ਕਰਾਂ ਤਾਂ ਸਾਡੇ ਵਿੱਚ ਸਰਦਾਰ ਲਾਲ ਸਿੰਘ ਜੀ ਅਤੇ ਸਰਦਾਰ ਰਜਿੰਦਰ ਸਿੰਘ ਜੀ ਦੇ ਪਰਿਵਾਰ ਦੇ ਇਹਨਾਂ ਦੇ ਯੋਗਦਾਨ ਸਦਕਾ ਮੰਡੀ ਦਾ ਜਿਹੜਾ ਹੜ੍ਹ ਹੈ ਉਹ ਪੱਕਾ ਕਰਵਾਇਆ ਗਿਆ। ਸਾਡੇ ਪਿੰਡ ਦੇ ਵਿੱਚ ਪਿਛਲੇ ਸਰਦਾਰ ਰਜਿੰਦਰ ਸਿੰਘ ਜੀ ਦੇ ਬਣਨ ਦੇ ਸਿਰਫ 2 ਮਹੀਨਿਆਂ ਦੇ ਅੰਦਰ ਅੰਦਰ 17 ਗਲੀਆਂ 2 ਮਹੀਨੇ ਦੇ ਅੰਦਰ ਅੰਦਰ ਇੰਟਰਲੋਕਿੰਗ ਕਰਵਾਈਆਂ ਗਈਆਂ।
ਸਰਪੰਚੀ ਦੀਆਂ ਚੋਣਾਂ ਅਤੇ ਸਰਪੰਚੀ ਦੀਆਂ ਚੋਣਾਂ 'ਚ ਜਿਤਾ ਕੇ ਆਪਣਾ ਜਿਹੜਾ ਪੁਆਇੰਟ ਆਫ ਵਿਊ ਆ ਬੜਾ ਸਪਸ਼ਟ ਕੀਤਾ। ਇੱਥੇ ਮੈਂ ਦੱਸਣਾ ਚਾਹਾਂਗਾ ਕਿ ਬਲਾਕ ਸੰਮਤੀ ਦੇ ਵਿੱਚ ਵੀ ਸਾਡੇ ਪਿੰਡ ਤੋਂ ਸ਼੍ਰੀ ਮੋਹਨ ਚੰਦ ਜੀ ਨੂੰ ਸਰਦਾਰ ਰਜਿੰਦਰ ਸਿੰਘ ਜੀ ਨੇ ਟਿਕਟ ਨਾਲ ਨਵਾਜਿਆ, ਉਹਦੇ ਵੀ ਅਸੀਂ ਬਹੁਤ ਧੰਨਵਾਦੀ ਹਾਂ। ਅਤੇ ਉਹਨਾਂ ਦੇ ਕੀਤੇ ਕਾਰਜਾਂ ਸਦਕਾ, ਇਸ ਪਰਿਵਾਰ ਦੇ ਕੀਤੇ ਵਿਕਾਸ ਸਦਕਾ ਲੋਕਾਂ ਨੇ ਉਹ ਚੀਜ਼ ਨੂੰ ਕਬੂਲਿਆ ਅਤੇ ਉਹਨਾਂ ਨੂੰ ਹਲਕੇ 'ਚ ਸਭ ਤੋਂ ਵੱਡੇ ਬਹੁਮਤ ਨਾਲ ਜਿਤਾਇਆ। ਇਸੇ ਪ੍ਰਕਾਰ ਸਰਦਾਰ ਲਾਲ ਸਿੰਘ ਅਤੇ ਸਰਦਾਰ ਰਜਿੰਦਰ ਸਿੰਘ ਜੀ ਦੇ ਕੀਤੇ ਕਾਰਜਾਂ ਦੇ ਆਧਾਰ 'ਤੇ ਹੀ ਰਜਿੰਦਰ ਸਿੰਘ ਸਰਦਾਰ MLA ਹਲਕਾ ਸਮਾਣਾ ਨੇ ਸਾਡੇ ਪਿੰਡ ਦੇ ਨੌਜਵਾਨ ਆਗੂ ਸ਼੍ਰੀ ਸੁਖਵਿੰਦਰਪਾਲ ਸਿੰਘ ਝੀਨਾ ਜੀ ਵੱਲੋਂ ਕੀਤੇ ਗਏ ਕੰਮਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਦੀ ਧਰਮ ਪਤਨੀ ਬਲਜੀਤ ਕੌਰ ਨੂੰ ਸਰਪੰਚੀ ਦੇ ਲਈ ਉਮੀਦਵਾਰ ਐਲਾਨਿਆ। ਅਤੇ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਦੀ ਗੱਲ ਹੋਊਗੀ ਕਿ ਕਾਂਗਰਸ ਪਾਰਟੀ ਨੇ ਜਿੰਨੇ ਕੰਮ ਕੀਤੇ ਉਹਨਾਂ ਸਾਰਾ ਕੰਮਾਂ ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਨੇ 1250 'ਚੋਂ 1045 ਵੋਟਾਂ ਸੁਖਵਿੰਦਰਪਾਲ ਝੀਨਾ ਜੀ ਨੂੰ ਪਾਈਆਂ ਅਤੇ ਦੂਜੀ ਪਾਰਟੀ ਦੀ ਜਿਹੜੀ ਜ਼ਮਾਨਤ ਹੈ ਉਹ ਜ਼ਬਤ ਕਰਵਾਈ। ਇਹ ਮੈਂ ਤਾਂ ਦੱਸਣਾ ਚਾਹੁੰਦਾ ਕਿਉਂਕਿ ਇਹ ਸਾਡੀ ਕੋਈ ਇੰਡੀਵਿਜੁਅਲ ਜਿੱਤ ਨਹੀਂ, ਇਹ ਜਿਹੜਾ ਪਾਰਟੀ ਨੇ ਸਾਡੇ ਸਿਰ 'ਤੇ ਹੱਥ ਰੱਖਿਆ, ਸਰਦਾਰ ਰਜਿੰਦਰ ਸਿੰਘ ਜੀ MLA ਹਲਕਾ ਸਮਾਣਾ ਨੇ ਬਣਦੇ ਸਾਰ ਹੀ ਆਪਣੇ 2 ਮਹੀਨਿਆਂ ਦੇ ਅੰਦਰ ਪਿੰਡ ਸ਼ੇਰ ਮਾਜਰਾ 'ਚ ਅਤੇ ਸਾਡੇ ਪੂਰੇ ਹਲਕੇ 'ਚ ਵਿਕਾਸ ਦੀ ਜੋ ਹਨੇਰੀ ਲਿਆਂਦੀ ਉਸਦਾ ਸਮਰਥਨ ਹੈ ਲੋਕਾਂ ਨੇ ਬੜੇ ਖੁੱਲ੍ਹੇ ਦਿਲ ਨਾਲ ਕੀਤਾ। ਇਸ ਤੋਂ ਇਲਾਵਾ ਸਾਡਾ ਪਿੰਡ ਖਾਸ ਕਰਕੇ ਇਹ ਪੂਰਾ ਇਲਾਕਾ ਜੋ ਮੇਰੇ ਵੀਰ ਸਾਰੇ ਪਹੁੰਚੇ ਨੇ, ਚਾਹੇ ਉਹ ਮੈਣ ਤੋਂ ਨੇ, ਚਾਹੇ ਖੁਸਰੋਪੁਰ ਤੋਂ ਨੇ, ਚਾਹੇ ਪਸਿਆਣੇ ਤੋਂ ਨੇ, ਚਾਹੇ ਗਰੀਨ ਕਾਲੋਨੀ ਤੋਂ ਨੇ, ਜਿੰਨੇ ਵੀ ਨੇ, ਪੂਰੀ ਦੀ ਪੂਰੀ ਬੈਲਟ ਕਾਂਗਰਸੀ ਬੈਲਟ ਹੈ ਅਤੇ ਇੱਥੇ ਹਰ ਸਮੇਂ ਕਾਂਗਰਸ ਪਾਰਟੀ ਦੀ ਲੀਡ ਹੁੰਦੀ ਰਹੀ ਹੈ। ਸਾਡੇ ਪਿੰਡ ਤੋਂ ਵੀ ਕਾਂਗਰਸ ਪਾਰਟੀ ਹਰ ਵਾਰ ਜਿੱਤੀ ਹੈ। ਲਾਸਟ ਇਲੈਕਸ਼ਨ 'ਚ ਵੀ ਸਾਡੇ ਪਿੰਡ ਨੇ ਮਹਾਰਾਣੀ ਸਾਹਿਬ ਨੂੰ ਬਹੁਤ ਵੱਡੇ ਫਰਕ ਨਾਲ ਜੇਤੂ ਕਰਾਰ ਦਿੱਤਾ ਅਤੇ ਮਹਾਰਾਣੀ ਸਾਹਿਬ ਸਾਡੇ ਪਿੰਡ ਤੋਂ 1 ਨੰਬਰ 'ਤੇ ਸੀ। ਪਰ ਮੌਜੂਦਾ ਸਮੇਂ 'ਚ ਜਿਸ ਪ੍ਰਕਾਰ ਦਾ ਮਾਹੌਲ ਹੈ ਉਸ ਮਾਹੌਲ ਨੂੰ ਦੇਖਦੇ ਹੋਏ ਇਸ ਤਰ੍ਹਾਂ ਲੱਗ ਰਿਹਾ ਵੀ ਇਸ ਵਾਰ ਜੇ ਪਿੰਡ ਦੇ ਵਿੱਚੋਂ 95% ਵੋਟਾਂ ਵੀ ਕਾਂਗਰਸ ਪਾਰਟੀ ਨੂੰ ਪੈ ਜਾਣ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਊਗੀ, ਕਿਉਂਕਿ ਇਹ ਚੀਜ਼ ਇਹ ਅੰਕੜੇ ਉਹਨਾਂ ਨੇ ਬਲਾਕ ਸੰਮਤੀ 'ਚ ਦਿਖਾਏ ਨੇ, ਇਹ ਅੰਕੜੇ ਉਹਨਾਂ ਨੇ ਸਰਪੰਚੀਆਂ 'ਚ ਦਿਖਾਏ ਨੇ। ਅਤੇ ਮੈਂ ਉਸੇ ਤਰ੍ਹਾਂ ਉਮੀਦ ਕਰਦਾ ਕਿ ਮੇਰੇ ਸਾਰੇ ਵੀਰ ਜੋ ਇੱਥੇ ਹਾਜ਼ਰ ਨੇ, ਜੋ ਕਿ ਸਾਡੀ ਪਾਰਟੀ ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਨੇ, ਸਾਡੀ ਪਾਰਟੀ ਦੇ ਵਰਕਰ ਨੇ, ਉਸੇ ਤਰ੍ਹਾਂ ਮਿਹਨਤ ਕਰਕੇ ਉਸੇ ਮਸ਼ੱਕਤ ਨਾਲ ਮਹਾਰਾਣੀ ਸਾਹਿਬ ਨੂੰ ਵੀ ਵੱਡੇ ਮਾਰਜਨ ਨਾਲ ਜਿਤਾ ਕੇ ਭੇਜਾਂਗੇ। ਦੂਜੀ ਗੱਲ, ਅਸੀਂ ਬੜੀ ਵਾਰ ਸੋਚਿਆ ਕਿ ਕੋਈ ਮੰਗਾਂ ਵਗੈਰਾ ਅਸੀਂ MLA ਸਾਹਿਬ ਨੂੰ ਦੱਸੀਏ, ਪਰ ਸਾਡੀ ਮੰਗਾਂ ਦੱਸਣ ਤੋਂ ਪਹਿਲਾਂ ਹੀ ਸਾਡੇ ਕੋਲ ਗਰਾਂਟਾਂ ਆਈਆਂ, ਸਾਡੀਆਂ ਮੰਗਾਂ ਦੱਸਣ ਤੋਂ ਪਹਿਲਾਂ ਹੀ ਸਾਡੇ ਕੰਮ ਪੂਰੇ ਹੋਏ। ਫਿਰ ਸਾਡਾ ਇੱਕ ਵਿਚਾਰ ਸੀ ਕਿ ਜੋ ਮੈਣ ਜੋ ਸੂਲਣ ਤੋਂ ਮੈਣ ਨੂੰ ਸੜਕ ਜਾ ਰਹੀ ਹੈ ਉਹ ਸੜਕ ਹੈ ਜਿਹੜੀ ਉਹ ਚੌੜੀ ਹੋ ਜਾਵੇ, ਤਾਂ ਇਹ ਪੂਰੇ ਇਲਾਕੇ ਦੀ ਡਿਮਾਂਡ ਸੀ। ਇਸ ਡਿਮਾਂਡ ਦੇ ਵਿੱਚ ਇਹ ਸਾਰੇ ਪਿੰਡਾਂ ਨੂੰ ਰੋਡ ਹੈ ਜਿਹੜੀ ਜੋੜਦੀ ਹੈ, ਚਾਹੇ ਉਹ ਮੈਣ ਹੈ, ਚਾਹੇ ਖੁਸਰੋਪੁਰ ਹੈ, ਚਾਹੇ ਕਰਤਾਰਪੁਰ ਹੈ, ਚਾਹੇ ਸ਼ੇਰ ਮਾਜਰਾ ਹੈ, ਚਾਹੇ ਭਾਨਰੀ ਹੈ, ਚਾਹੇ ਲਿਬੜੋਈ ਹੈ, ਇਹ ਜਿਹੜੀ ਰੋਡ ਸੀ ਬੜੇ ਸਮੇਂ ਤੋਂ ਪੈਂਡਿੰਗ ਪਈ ਸੀ ਇਹ ਡਿਮਾਂਡ। ਪਰ ਅਸੀਂ ਥੋੜ੍ਹਾ ਝਿਜਕ ਰਹੇ ਸੀ ਵੀ ਮੰਗ ਪੱਤਰ ਹੈ ਜਿਹੜਾ ਉਹ ਅਸੀਂ ਨਾ ਦਈਏ, ਕਿਉਂਕਿ
ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਆਲਰੇਡੀ ਬਹੁਤ ਵੱਡਾ ਫੈਸਲਾ ਲੈ ਚੁੱਕੇ ਸੀ, ਜਿਨ੍ਹਾਂ ਨੇ ਕਿ ਲੋਕਾਂ ਦੇ ਕਰਜ਼ੇ ਮਾਫੀ ਕੀਤੀ। ਉਹ ਕਰਜ਼ੇ ਮਾਫੀ ਕਰਕੇ ਆਪਾਂ ਸਾਰਿਆਂ ਨੂੰ ਕਿੰਨਾ ਨਿੱਜੀ ਤੌਰ 'ਤੇ ਵੀ ਲਾਭ ਹੋਇਆ। ਸਾਡੇ ਬਹੁਤ ਸਾਰੇ ਵੀਰ ਨੇ ਜਿਨ੍ਹਾਂ ਦਾ 2.5-2.5 ਲੱਖ 3-3 ਲੱਖ ਕਿੰਨਾ ਅਮਾਊਂਟ ਹੈ ਜਿਹੜਾ ਉਹ ਮਾਫ ਹੋਇਆ। ਇਹ ਜਿਹੜਾ ਨਿੱਜੀ ਤੌਰ 'ਤੇ ਲਾਭ ਮਿਲਿਆ ਜਾਂ ਕਿਸਾਨਾਂ ਨੂੰ ਵਿਆਜ ਮਿਲੀ, ਉਹ ਸਿਰਫ ਅਤੇ ਸਿਰਫ ਕਾਂਗਰਸ ਪਾਰਟੀ ਦੇ ਕਾਰਜਕਾਲ 'ਚ ਹੀ ਪੋਸੀਬਲ ਹੈ। ਇਸ ਤੋਂ ਇਲਾਵਾ ਅਸੀਂ ਇਹ ਜਿਹੜੀ ਡਿਮਾਂਡ ਸੀ ਮੈਨ ਰੋਡ ਨੂੰ ਬਣਾਉਣ ਵਾਲੀ ਅਤੇ ਚੌੜੀ ਕਰਨ ਵਾਲੀ, ਇਹ ਡਿਮਾਂਡ ਵੀ ਸਾਡੀ ਬਿਨਾਂ ਮੰਗੇ ਤੋਂ ਪੂਰੀ ਕੀਤੀ ਗਈ। ਇਸਦੇ ਲਈ ਵੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਹੁਣ ਮੈਂ ਸਮੇਂ ਦਾ ਧਿਆਨ ਰੱਖਦੇ ਹੋਏ ਅਤੇ ਜੋ ਪ੍ਰੋਟੋਕਾਲ ਸਾਨੂੰ ਹਦਾਇਤ ਦਿੱਤੀ ਗਈ ਹੈ ਉਸਦੇ ਮੁਤਾਬਕ ਮੈਂ ਅਗਲੇ ਬੁਲਾਰਿਆਂ ਨੂੰ ਬੇਨਤੀ ਕਰੂੰਗਾ ਕਿ ਹੁਣ ਗੁਰਮੀਤ ਸਿੰਘ ਜੀ ਮੁਕਤਸਰ ਜ਼ਿਲ੍ਹਾ ਪ੍ਰਧਾਨ ਆਪਣੇ ਵਿਚਾਰ ਨੇ ਜਿਹੜੇ ਉਹ ਇਸ ਪੰਡਾਲ 'ਚ ਬੈਠੇ ਸਾਂਸਦ ਨਾਲ ਸਾਂਝੇ ਕਰਨ। ਬਹੁਤ ਸਤਿਕਾਰਯੋਗ ਮਹਾਰਾਣੀ ਪ੍ਰਦੀਪ ਕੌਰ ਜੀ, ਸਾਬਕਾ ਦੇਸ਼ ਰਾਜ ਮੰਤਰੀ ਭਾਰਤ ਸਰਕਾਰ, ਉਹਨਾਂ ਦੇ ਨਾਲ MLA ਰਜਿੰਦਰ ਸਿੰਘ ਜੀ ਸਮਾਣਾ, ਖੇੜਕੀ ਸਾਹਿਬ, ਸਾਰੀ MLA ਸਾਹਿਬ ਦੀ ਟੀਮ ਜਿਹੜੀ ਸਵੇਰ ਤੋਂ ਨਾਲ ਹੈ, ਸਾਰੇ ਇੱਥੇ ਪਹੁੰਚੇ ਬੀਬੀਆਂ ਭੈਣਾਂ ਮਾਤਾਵਾਂ, ਮੇਰੇ ਨੌਜਵਾਨ ਵੀਰ ਬਜ਼ੁਰਗ, ਪਹਿਲਾਂ ਤਾਂ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 10 ਸਾਲ ਅਕਾਲੀ ਦਲ ਦਾ ਜਿਹੜਾ ਸਮਾਂ ਤੁਸੀਂ ਦੇਖਿਆ, ਜਿਹੜੀ ਧੱਕੇਸ਼ਾਹੀਆਂ ਹੋਈਆਂ ਜਾਂ ਪਿੰਡਾਂ ਦੇ ਵਿੱਚ ਕਿਹੜੇ ਕੰਮ ਹੋਏ ਆ, ਅੱਜ ਸਿਰਫ 2 ਸਾਲ ਹੋਏ ਆ ਆਪਣੀ ਕਾਂਗਰਸ ਪਾਰਟੀ ਨੂੰ। ਅੱਜ ਤੁਸੀਂ ਦੇਖ ਰਹੇ ਹੋ ਕਿ ਪਿੰਡਾਂ ਦੇ ਵਿੱਚ ਹਰ ਇੱਕ ਪ੍ਰਕਾਰ ਤੋਂ ਵਿਕਾਸ ਦੀ ਨੇਰੀ ਚੱਲੀ ਹੋਈ ਹੈ। ਬਹੁਤ ਹੀ ਵਧੀਆ ਤਰੀਕੇ ਦੇ ਨਾਲ MLA ਸਾਹਿਬ ਲੱਗੇ ਹੋਏ ਆ। ਮੈਂ ਕਹਿੰਦਾ ਹਰ ਇੱਕ ਵਰਗ ਤੋਂ, ਜੇ ਆਪਾਂ ਕਿਸਾਨਾਂ ਦੀ ਗੱਲ ਕਰੀਏ, ਅੱਜ ਹਰ ਇੱਕ ਪਿੰਡ ਵਿੱਚੋਂ 50 ਤੋਂ 100 ਕਿਸਾਨਾਂ ਦਾ ਕਰਜ਼ਾ ਮਾਫ ਹੋ ਰਿਹਾ। ਕਿਸੇ ਦਾ 1 ਲੱਖ ਰੁਪਇਆ, ਕਿਸੇ ਦਾ 50,000, ਕਿਸੇ ਦਾ 2 ਲੱਖ। ਜਿਹੜੇ SCPC ਭਰਾ ਆ ਮਹਾਰਾਜ ਸਾਹਿਬ ਵੱਲੋਂ, ਉਹਨਾਂ ਦੇ ਵੀ ਜਿਹੜੇ ਸੁਸਾਇਟੀਆਂ 'ਚ ਖਾਤੇ ਸੀਗੇ 25-30 ਹਜ਼ਾਰ ਦੇ, ਉਹ ਵੀ ਕੈਪਟਨ ਸਾਹਿਬ ਨੇ ਕਹਿਤਾ ਉਹ ਵੀ ਬਿਲਕੁਲ ਮਾਫ ਕਰੇ ਜਾਣਗੇ। ਜਿਵੇਂ ਜ਼ਿਮੀਦਾਰਾਂ ਦਾ 1 ਲੱਖ ਰੁਪਇਆ 1.5 ਦਿਨ ਮਾਫ ਹੋਇਆ, ਸਾਡੇ SCPC ਭਰਾਵਾਂ ਦਾ ਜਿਹੜੇ ਸੁਸਾਇਟੀਆਂ ਦੇ ਵਿੱਚ ਖਾਤੇ ਆ ਉਹ ਵੀ ਬਿਲਕੁਲ ਮਾਫ ਹੋ ਰਹੇ ਆ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੈਨਸ਼ਨ ਦੀ, ਜਿਹੜੀ ਇਹ 8-9 ਸਾਲ 250 ਰੁਪਏ ਸਿਰਫ ਪੈਨਸ਼ਨ ਦਿੱਤੀ ਹੈ ਇਹਨਾਂ ਨੇ, ਐਂਡ 'ਚ ਆ ਕੇ 500 ਰੁਪਏ ਕੀਤੀ ਸੀਗੀ ਆਪਣੀ ਸਰਕਾਰ ਨੇ, ਆਮ ਸੁਧਾਰੀ 750 ਰੁਪਏ ਪੈਨਸ਼ਨ ਦਾ ਕੀਤਾ। ਅੱਜ ਹਰ ਇੱਕ ਪਿੰਡ ਨੂੰ ਦੂਜੀ ਵਾਰ ਗਰਾਂਟਾਂ ਮਿਲ ਰਹੀਆਂ। ਪਹਿਲਾਂ ਤੁਸੀਂ ਦੇਖਿਆ ਸਿਰਫ ਇਲੈਕਸ਼ਨ ਦੇ ਨੇੜੇ ਆ ਕੇ ਗਰਾਂਟ ਮਿਲ ਜਾ ਕਰਦੀ ਸੀਗੀ, ਪਰ ਹੁਣ ਦੂਜੀ ਵਾਰ ਲਗਾਤਾਰ ਗਰਾਂਟਾਂ ਮਿਲ ਰਹੀਆਂ ਪਿੰਡਾਂ ਦੇ ਵਿੱਚ, ਗਲੀਆਂ ਨਾਲੀਆਂ ਹਰ ਇੱਕ ਤਰ੍ਹਾਂ ਦੇ ਕੰਮ ਚੱਲ ਰਹੇ ਹੈ। ਅੱਜ ਜਿਹੜੀ ਫੱਕੀ SC ਭਰਾਵਾਂ ਨੂੰ ਭੈਣਾਂ ਨੂੰ ਪਲਾਟਾਂ ਦੀ ਸਕੀਮ ਵੀ ਕਰੀ ਸੀਗੀ, ਉਹ ਵੀ ਕੈਪਟਨ ਸਾਹਿਬ ਨੇ ਕਹਿਤਾ ਕਿ ਜਿਹੜੇ ਲੋੜਵੰਦ ਪਰਿਵਾਰ ਹੈ ਉਹਨਾਂ ਤੋਂ ਫਾਰਮ ਲੈ
ਪਿਛਲਾ ਲੇਖਾ ਜੋਖਾ ਕਰ ਲਓ। ਮੈਂ ਕਹਿੰਦਾ ਆਪਣੀ ਵੋਟ ਹੈ ਜਿਹੜੀ ਬੜੀ ਸੂਝ-ਬੂਝ ਦੇ ਨਾਲ ਪਾਣੀ ਹੈ, ਤੁਸੀਂ ਵਧੀਆ ਸਰਪੰਚ ਬਣਾਏ ਆ, MLA ਸਾਹਿਬ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੇ ਆ। ਜੇ ਤੁਸੀਂ ਇਹ ਵੋਟ ਅਕਾਲੀ ਦਲ ਦਾ ਕਿਸੇ ਹੋਰ ਵਿਅਕਤੀ ਨੂੰ ਪਾਉਂਦੇ ਹੋ, ਤੁਹਾਡੀ ਵੋਟ ਬਿਲਕੁਲ ਖਰਾਬ ਹੋਊਗੀ। ਕੋਈ ਆਧਾਰ ਨਹੀਂ ਹੈਗਾ ਅੱਜ ਦੇ ਟਾਈਮ 'ਤੇ ਅਕਾਲੀ ਦਲ ਦਾ, ਤੁਹਾਡੇ ਸਾਹਮਣੇ ਹੀ ਹੈ। ਝਾੜੂ ਵਾਲੇ ਗਾਂਧੀ ਨੂੰ ਪਿੱਛੇ ਲੋਕਾਂ ਨੇ MP ਬਣਾਤਾ, ਤੁਹਾਡੇ ਸਾਹਮਣੇ ਉਹਦਾ ਪਾਰਟੀ ਵਾਸਤੇ ਵੀ ਨਹੀਂ ਰਿਹਾ ਹੈਗਾ। ਤੁਹਾਡੀ ਤਾਂ ਬਹੁਤ ਦੂਰ ਦੀ ਗੱਲ ਹੈ, ਉਸ ਵਿਅਕਤੀ ਨੇ ਪਿੰਡਾਂ 'ਚ ਤਾਂ ਬਹੁਤ ਦੂਰ ਦੀ ਗੱਲ ਹੈ, ਕਦੇ ਕਿਸੇ ਹਲਕੇ 'ਚ ਵੀ ਗੇੜਾ ਨਹੀਂ ਮਾਰਿਆ ਹੈਗਾ। ਇਹ ਜਿਹੜਾ ਤੁਹਾਨੂੰ ਵੋਟ ਦਾ ਸਮਾਂ ਮਿਲਿਆ, ਮਹਾਰਾਣੀ ਸਾਹਿਬ ਦੇ MP ਬਣਨਗੇ, ਤੁਹਾਡੀ ਵੋਟ ਦਾ ਇੱਕੇ ਪਾਸੇ ਮੁੱਲ ਪੈਣਾ। ਜੇ ਆਪਾਂ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਮਹਾਰਾਣੀ ਸਾਹਿਬ ਨੂੰ MP ਬਣਾਵਾਂਗੇ, ਆਪਾਂ ਨੂੰ ਜਿਹੜੀ ਇਹ ਗ੍ਰਾਂਟਾਂ ਮਿਲ ਰਹੀ ਹੈ, ਹੁਣ ਤਾਂ ਸਿਰਫ ਪੰਜਾਬ ਸਰਕਾਰ ਕੈਪਟਨ ਸਾਹਿਬ ਵੱਲੋਂ ਮਿਲ ਰਹੀ ਹੈ, ਫਿਰ ਮਹਾਰਾਣੀ ਸਾਹਿਬ ਸੈਂਟਰ 'ਚੋਂ ਵੀ ਆਪਣੇ ਵਾਸਤੇ ਗ੍ਰਾਂਟਾਂ ਲੈ ਕੇ ਆਉਣਗੇ। ਇਸ ਕਰਕੇ ਬਿਲਕੁਲ ਵੀ ਕਿਸੇ ਦੀ ਗੱਲਾਂ 'ਚ ਆਉਣ ਦੀ ਲੋੜ ਨਹੀਂ ਹੈਗੀ। MLA ਸਾਹਿਬ ਬਹੁਤ ਤਕੜੇ ਹੈ, ਸਬਕਾ ਆਪਾਂ ਨੂੰ ਮੌਕਾ ਮਿਲਿਆ। ਜਿਹੜੇ ਮੇਰੇ ਵੀਰ ਇੱਧਰ ਉੱਧਰ ਫਿਰਦੇ ਹੈ, ਉਹਨਾਂ ਨੂੰ ਵੀ ਇਲੈਕਸ਼ਨ ਦੇ ਵਿੱਚ ਆਪਣੇ ਨੇੜੇ ਲਾ ਕੇ ਉਹਨਾਂ ਨੂੰ ਕਹੋ ਵੀ ਹੁਣ ਆਪਣੇ ਕੋਲ ਬਹਾਨਾ ਹੈਗਾ ਆਪਣੇ ਕੰਮ ਲੈਣ ਦਾ। ਪਿੱਛੇ ਧੱਕੇ ਹੀ ਖਾਂਦੇ ਹੈ, ਕਿਉਂਕਿ ਜਿਹੜੀ ਤੁਸੀਂ ਵੋਟ ਹੈ ਸਿਰਫ ਕਾਂਗਰਸ ਨੂੰ ਪਾ ਕੇ ਤੁਹਾਡੀ ਵੋਟ ਦਾ ਹੱਕ ਮਿਲਣਾ, ਤਾਂ ਹੀ ਉਹਦਾ ਮੁੱਲ ਪੈਣਾ। ਵੋਟ ਬਿਲਕੁਲ ਨਾ ਖਰਾਬ ਕਰਿਓ ਹੋਰ ਪਾਸੇ ਪਾ ਕੇ। ਜਿਹੜੇ ਛੋਟੇ ਛੋਟੇ ਕੰਮ ਹੈ ਤੁਹਾਡੇ ਪਲਾਟਾਂ ਦੇ, ਚਾਹੇ ਪੈਂਚਰਾਂ ਦੇ, ਚਾਹੇ ਆਟੇ ਦਾਲ ਦੇ, ਉਹ ਤਾਂ ਹੀ ਤੁਹਾਡੇ ਪੂਰੇ ਹੋਣਗੇ ਜੇ ਮਹਾਰਾਣੀ ਸਾਹਿਬ MP ਬਣਨਗੇ। ਇਸ ਕਰਕੇ ਬਹੁਤਾ ਗੁੰਡਾ ਕਹਿੰਦਾ ਹੋਇਆ ਟੀਮਾਂ ਦਾ ਵਿਚਾਰ ਸੁਣ ਚੁੱਕੇ ਹੋ। ਇਹ ਵਿਚਾਰ ਇਕੱਲੇ ਸਾਡੇ ਭਰਾ ਦੇ ਨਹੀਂ ਹੈਗੇ, ਇਹ ਵਿਚਾਰ ਹਰ ਇੱਕ ਬੰਦੇ ਦੇ ਨੇ। ਜਿਸ ਬੰਦੇ ਨਾਲ ਵੀ ਤੁਸੀਂ ਗੱਲ ਕਰੋਗੇ, ਉਹ ਬੰਦਾ ਆਪਣੇ ਦਿਮਾਗ 'ਚ ਬੜਾ ਸਪਸ਼ਟ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਸੈਂਟਰ ਦੇ ਵਿੱਚ ਬਣਨ ਜਾ ਰਹੀ ਹੈ, ਅਤੇ ਇਸ ਵਾਰ ਕਾਂਗਰਸ ਪਾਰਟੀ ਨੂੰ ਅਸੀਂ ਭਾਰੀ ਬਹੁਮਤ ਵੋਟਾਂ ਪਾ ਕੇ ਜਿਤਾਉਣਾ। ਦੂਜੇ ਸ਼ਬਦਾਂ 'ਚ ਜੇ ਆਪਾਂ ਕਹੀਏ ਤਾਂ ਆਪਾਂ ਆਪਣੇ ਦਿਲ 'ਤੇ ਗੱਲ ਰੱਖ ਕੇ ਹੱਥ ਰੱਖ ਕੇ ਕਹਿ ਸਕਦੇ ਹਾਂ ਵੀ ਵਿਰੋਧੀ ਪਾਰਟੀ ਜਾਂ ਕੋਈ ਹੋਰ ਉਮੀਦਵਾਰ ਕਿਤੇ ਵੀ ਰੇਸ 'ਚ ਦਿਖਾਈ ਨਹੀਂ ਦਿੰਦਾ, ਕਿਉਂਕਿ ਉਹਨਾਂ ਦੇ ਪਿਛਲੇ ਕਾਰਜਕਾਲ ਦੇ ਦੌਰਾਨ ਅਜਿਹਾ ਕੋਈ ਵੀ ਕੰਮ ਨਹੀਂ ਜਿਹਦੇ ਆਧਾਰ 'ਤੇ ਉਹ ਅੱਜ ਆ ਕੇ ਆਪਣੇ ਪਰਿਵਾਰ 'ਚ ਆਪਣੇ ਜੋ ਆਪਾਂ ਭੈਣ ਭਾਈ ਬੈਠੇ ਹਾਂ ਸਾਡੇ ਜਾ ਕੇ ਕੋਈ ਵੋਟਾਂ ਮੰਗ ਸਕਣ। ਇਹਦੀ ਇੱਕ ਵੱਡੀ ਉਦਾਹਰਣ ਆਮ ਆਦਮੀ ਪਾਰਟੀ ਦੀ ਹੈ। ਪਿਛਲੀ ਵਾਰ ਕਈ ਵਾਰ ਸਾਡੇ ਭਰਾਵਾਂ ਨੇ ਭੈਣਾਂ ਨੇ ਵੋਟ ਪਾਈ ਆਮ ਆਦਮੀ ਪਾਰਟੀ ਨੂੰ, ਕਿਉਂ ਸ਼ਾਇਦ ਕਿਸੇ ਦਾ ਹੱਕ ਵੀ ਹੈ ਕਿਸੇ ਨੂੰ ਪਾ ਸਕਦਾ, ਪਰ ਜਦੋਂ ਕੋਈ ਬੰਦਾ ਵੋਟ ਹਾਸਲ ਕਰਦਾ ਤਾਂ ਉਹਦੇ ਨਾਲ ਜ਼ਿੰਮੇਵਾਰੀਆਂ ਵੀ ਜੁੜੀਆਂ ਨੇ। ਕਿਉਂਕਿ ਤੁਸੀਂ ਦੇਖੋਗੇ, ਮੈਂ ਆਪਣੇ ਪਿੰਡ ਦੀ ਗੱਲ ਕਰਾਂ ਜਾਂ ਆਪਣੇ ਆਲੇ ਦੁਆਲੇ ਦੇ ਜਿਹਨਾਂ ਪਿੰਡਾਂ ਦਾ ਇਕੱਠ ਹੈ ਉਹਨਾਂ ਦੇ ਵਿੱਚ ਅਸੀਂ ਕਸਮ ਖਾ ਕੇ ਗੱਲ ਕਹਿ ਸਕਦੇ ਹਾਂ ਵੀ ਆਮ ਆਦਮੀ ਪਾਰਟੀ ਦਾ ਇੱਕ ਰੁਪਿਆ ਵੀ ਇਹ ਪਿੰਡਾਂ 'ਚ ਨਹੀਂ ਲੱਗਿਆ ਹੈਗਾ। ਇਸ ਕਰਕੇ ਅਜਿਹੇ ਲੋਕ ਜੋ ਥੋੜ੍ਹੇ ਸਮੇਂ ਲਈ ਆਉਂਦੇ ਨੇ ਸਾਨੂੰ ਵਰਗਲਾਉਂਦੇ ਨੇ, ਉਹ ਨਾ ਸਾਡੀ ਵੋਟ ਦੇ ਹੱਕਦਾਰ ਨੇ ਅਤੇ ਨਾ ਹੀ ਇਹ ਲੋਕਤੰਤਰ ਨੂੰ ਅਜਿਹੇ ਲੋਕਾਂ ਦੀ ਲੋੜ ਹੈ। ਹੁਣ ਮੈਂ ਜ਼ਿਆਦਾ ਸਮਾਂ ਨਾ ਲੱਗਾ ਹੋਇਆ ਅੱਗੇ ਮੈਂ ਸਰਦਾਰ ਰਜਿੰਦਰ ਸਿੰਘ ਜੀ MLA ਹਲਕਾ ਸਮਾਣਾ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਕੀਮਤੀ ਵਿਚਾਰ ਸਾਡੀ ਇਸ ਸੰਗਤ ਦੇ ਨਾਲ ਸਾਂਝੇ ਕਰਨ, ਅਤੇ ਮੈਂ ਸ਼ੀਨਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਸਨਮਾਨਪੂਰਵਕ MLA ਸਾਹਿਬ ਨੂੰ ਸਟੇਜ ਤੱਕ ਲੈ ਕੇ ਆਉਣ। MLA ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਵਿਚਾਰ ਨੇ ਜਿਹੜੇ ਆ ਕੇ ਸਾਡੀ ਸਾਹ ਸੰਗਤ ਨਾਲ ਸਾਂਝੇ ਕਰਨ। ਇਸ ਤੋਂ ਇਲਾਵਾ
ਮੈਂ ਸਾਰੇ ਵੀਰਾਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਹੜੇ ਇੰਨੇ ਤਪਦੀ ਗਰਮੀ 'ਚ ਇਸ ਵੱਡੇ ਹਜੂਮ ਦੇ ਤੌਰ 'ਤੇ ਉਰੇ ਪਹੁੰਚੇ ਨੇ। MLA ਸਰਦਾਰ ਰਜਿੰਦਰ ਸਿੰਘ ਜੀ ਸਮਾਨ ਸਾਡੇ ਇਸ ਪਾਰਲੀਮੈਂਟ ਤੋਂ ਪਟਿਆਲੇ ਤੋਂ ਉਮੀਦਵਾਰ ਭਾਰਤ ਸਰਕਾਰ ਦੇ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਗੁਰਦੀਪ ਕੌਰ ਜੀ, ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਰਣਜੀਤ ਸਿੰਘ ਜੀ ਉਸਰ ਸਾਹਿਬ, ਸਾਡੇ ਇਲਾਕੇ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੈਕਟਰੀ ਸਰਦਾਰ ਸੁਰਿੰਦਰ ਸਿੰਘ ਜੀ ਖੇੜਕੀ, ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵਿਨੋਦ ਸ਼ਰਮਾ ਜੀ, ਵਾਈਫ ਆਫ ਧਰਮਪਾਲ ਪਛਿਆਣਾ ਜੀ, ਵਿਨੋਦ ਔਰ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਧਰਮ ਸਿੰਘ ਪਾਲਪੁਰ ਜੀ, ਇਸ ਪਿੰਡ ਤੋਂ ਸਾਡੇ ਬਲਾਕ ਸੰਮਤੀ ਦੇ ਮੈਂਬਰ ਗੌਰਚੰਦ ਜੀ, ਸੁਖਵਿੰਦਰ ਸਿੰਘ ਜੀ ਬਲਾਕ ਸੰਮਤੀ ਦੇ ਮੈਂਬਰ, ਇਸ ਪਿੰਡ ਤੋਂ ਸਰਪੰਚ ਜੀ ਬਲਜੀਤ ਕੌਰ ਜੀ, ਵਾਈਫ ਆਫ ਸੁਖਵਿੰਦਰ ਸਿੰਘ ਭੁਪਿੰਦਰ ਸਿੰਘ ਪਛਿਆਣਾ, ਦਰਸ਼ਨ ਸਿੰਘ ਮੈਂ ਸਰਪੰਚ ਸਾਹਿਬ, ਹਰਦੇਵ ਸਿੰਘ ਗਰੀਬ ਕੌਰ, ਪਰਜੀਤ ਸਿੰਘ ਹਾਜੀਪੁਰ, ਹਰਵਿੰਦਰ ਸਿੰਘ ਗੁਰਦੋਪੁਰ, ਜਸਵਿੰਦਰ ਸਿੰਘ ਗੁਰਦੋਰ, ਜਗਜੀਤ ਸਿੰਘ ਸੁਭਾਸ਼ਪੁਰ, ਗੁਰਪਿੰਦਰ ਕੌਰ ਸੁਭਾਸ਼ਪੁਰ, ਜਸਵੰਤ ਸਿੰਘ ਗੁਲਾਬਖੇੜਾ, ਗੋਲਦੀ ਜੀ ਭਾਜੀ ਤੋਂ ਸਾਰੇ ਸਰਪੰਚ ਸਾਹਿਬ ਨੇ, ਅਵਤਾਰ ਸਿੰਘ ਸਾਬਕਾ ਸਰਪੰਚ ਭਾਨੀ, ਗੁਰਵਿੰਦਰ ਸਿੰਘ ਮੈਂ, ਜਸਪਾਲ ਸਿੰਘ ਹਾਜੀ ਮਾਜਾ, ਅਮਰਿੰਦਰ ਸਿੰਘ ਗੁਲਾਬਖੇੜਾ, ਅਵਤਾਰ ਸਿੰਘ ਸੁਭਾਸ਼ਪੁਰ, ਗੁਰਵਿੰਦਰ ਸਿੰਘ ਗੁਰਦੋਰ, ਕੁਲਵੀਰ ਸਿੰਘ ਸਾਡੇ ਹੀ ਮੰਤਰੀ ਸ਼ੇਰ ਮਾਜੇ ਤੋਂ, ਬਾਲ ਸਿੰਘ ਜੀ ਸਾਬਕਾ ਸਰਪੰਚ ਸੁਭਾਸ਼ਪੁਰ ਤੋਂ, ਗਾਂਧੀ ਜੀ ਰਵਾਸ ਪ੍ਰਾਪਤ, ਸਰੋਜ ਰਾਣੀ ਜੀ ਸਾਡੇ ਐਮ ਸੀ ਨੇ ਪਟਿਆਲੇ ਤੋਂ, ਇਸ ਪਿੰਡ ਤੋਂ ਨੇ ਕ੍ਰਿਸ਼ਨ ਸਿੰਘ ਪਛਿਆਣਾ, ਬਿੱਟੂ ਗੁੱਜਰ ਜੀ, ਪੰਜਾਬ ਸਿੰਘ ਸਾਬਕਾ ਸਰਪੰਚ ਗੁੱਧਰ, ਰਾਮ ਸਿੰਘ ਸਿੱਧੂ ਜੀ, ਅਮਰ ਸਿੰਘ ਤੋਲਣਪੁਰ, ਹਰਵੰਤ ਸਿੰਘ ਬਲੇੜਾ ਜੀ, ਇੰਦਰ ਸਿੰਘ ਮੋਖੇੜਾ ਜੀ, ਲਖਵੀਰ ਸਿੰਘ ਕੁੱਡੀ ਸ਼ਰਮਾ, ਕੁਲਦੀਪ ਸਿੰਘ ਸੇਖੋਂ ਰਿਟਾਇਰ ਇੰਸਪੈਕਟਰ, ਗੁਰਚਰਨ ਸਿੰਘ ਜੀ ਸਰਪੰਚ ਕਰਤਾਰਪੁਰ ਤੋਂ, ਸਾਡੇ ਪਰਮਜੀਤ ਕੌਰ ਸੋਢੇ ਤੋਂ ਮੈਂਬਰ ਬਲਾਕ ਬਲਾਕ ਸਮਿਤੀ, ਸਾਡੇ ਪਰਮਜੀਤ ਸਿੰਘ ਚੌਹਾਨ ਸਾਹਿਬ, ਸਾਰੇ ਜਿਹੜੇ ਮੇਰੇ ਸਾਹਮਣੇ ਬੈਠੇ ਹੋਏ ਮੇਰੇ ਕੋਲ ਬਹੁਤ, ਸਾਡੇ ਸਟੇਜ ਦੇ ਪਿੱਛੇ ਸਟੇਜ ਦੇ ਸੋਭਾ, ਸਾਡੀ ਇਲਾਕੇ ਦੀ ਸਮੁੱਚੀ ਲੀਡਰਸ਼ਿਪ, ਸਾਹਮਣੇ ਬੈਠੇ ਹੋਏ ਸਾਰੇ ਸਾਡੇ ਇਲਾਕੇ ਦੇ ਲੀਡਰ ਸਾਹਿਬਾਨ, ਵੱਖ ਵੱਖ ਪਿੰਡਾਂ ਦੇ ਸਰਪੰਚ, ਮੇਰੇ ਸੁਣ ਚੁੱਕੇ ਹੋਏ ਮੈਂਬਰ ਪੰਚਾਇਤ, ਮੇਰੇ ਬਹੁਤ ਵੱਡੀ ਗਿਣਤੀ 'ਚ ਬਜ਼ੁਰਗ, ਮੇਰੀਆਂ ਭੈਣਾਂ ਮਾਵਾਂ ਸਾਰਿਆਂ ਦਾ ਮੈਂ ਬਹੁਤ ਦਿਨੋਂ ਧੰਨਵਾਦ ਕਰਦਾ ਕਿ ਅੱਜ ਇਸ ਇਲੈਕਸ਼ਨ ਦੇ ਮੌਕੇ 'ਤੇ ਜਿਸ ਤਰੀਕੇ ਦੇ ਨਾਲ ਤੁਸੀਂ ਐਡਾ ਵੱਡਾ ਹੌਸਲਾ, ਐਡਾ ਵੱਡਾ ਇਕੱਠ ਕਰਕੇ ਇਹ ਮਹਾਰਾਜ ਸਾਹਿਬ ਨੂੰ ਜਿਸ ਤਰੀਕੇ ਨਾਲ ਭਰੋਸਾ ਦੇ ਰਹੇ ਹੋ, ਔਰ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਬਹੁਤ ਸਾਡੇ ਮਹਾਰਾਜ ਸਾਹਿਬ ਹਾਲਾਂਕਿ ਸਮਾਣੇ ਨੂੰ ਸਮਾਂ ਦਿੱਤਾ,
ਅਸੀਂ ਸ਼ੁਰੂਆਤ ਕੀਤੀ ਹੈ ਰੱਖਣੇ ਤੋਂ ਬਾਅਦ ਰੱਖਣੇ ਕੀਤਾ ਬਹੁਤ ਵੱਡਾ ਇਕੱਠ। ਉਸ ਤੋਂ ਬਾਅਦ ਜਿੰਨੇ ਵੀ ਪ੍ਰੋਗਰਾਮ ਹੈ ਸਾਡੇ ਵੱਡੇ ਇਕੱਠਾਂ ਦੇ ਵਿੱਚ, ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਡਾ ਜੋਸ਼, ਬਹੁਤ ਵੱਡਾ ਹੁਲਾਰਾ ਹਰ ਕਿਸ ਮਾੜੇ ਦੇ ਵਿੱਚ ਹੈ। ਇਹ ਪਹਿਲੀ ਵਾਰ ਨਹੀਂ, ਕੁਛ ਦਿਨ ਪਹਿਲਾਂ ਸਮਾਣੇ ਵਿਖੇ ਵੱਡਾ ਪ੍ਰੋਗਰਾਮ ਇਲਾਕੇ ਨੇ ਕੀਤਾ। ਮੈਂ ਇਲਾਕੇ ਦੀ ਲੀਡਰਸ਼ਿਪ ਦਾ ਉਸ ਵਾਸਤੇ ਵੀ ਧੰਨਵਾਦ ਹੈ, ਖਾਸ ਕਰਕੇ ਨੌਜਵਾਨਾਂ ਨੇ ਜੋ ਬਹੁਤ ਵੱਡਾ ਲਾਂਗ ਸਾਲ ਇਕੱਠ ਸਮਾਣੇ ਵਿਖੇ ਕੀਤਾ, ਜਿਹਦਾ ਸੁਨੇਹਾ ਸਾਰੇ ਜ਼ਿਲ੍ਹੇ ਪਟਿਆਲੇ ਸਾਰੇ ਪੰਜਾਬ 'ਚ ਗਿਆ। ਔਰ ਉਸ ਤਰ੍ਹਾਂ ਦੇਖ ਰਿਹਾ ਕਿ ਜਿਸ ਤਰ੍ਹਾਂ ਸ਼ੇਮ ਮਾਜਰੇ ਵਿਖੇ ਤੁਸੀਂ ਐਡਾ ਵੱਡਾ ਇਕੱਠ ਕਰਕੇ ਮਾਰਨੀ ਦੀ ਮਾਰਨੀ ਸਾਹਿਬ ਦੀ ਸਪੋਰਟ ਵਾਸਤੇ ਕੀਤਾ, ਕਿਉਂਕਿ ਬਹੁਤ ਵਧੀਆ ਇਹ ਪਿੰਡ ਹੈ। ਔਰ ਜਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਬਲਾਕ ਸਮਿਤੀ ਦੀ ਇਲੈਕਸ਼ਨ ਲੜੀ ਹੈ, ਇੱਥੇ ਪੰਚਾਇਤ ਦੀ ਇਲੈਕਸ਼ਨ ਲੜੀ ਹੈ, ਸਾਰੇ ਸਮਾਣੇ ਦੇ ਵਿੱਚ ਹੀ ਤੁਸੀਂ ਇਲੈਕਸ਼ਨਾਂ ਲੜੀਆਂ, ਵੱਡੀ ਸਾਰੀ ਸਾਰੀ ਬਲਾਕ ਸਾਡੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਸਾਰੀਆਂ ਸੀਟਾਂ ਜਿੱਤੀਆਂ, ਬਲਾਕ ਸਮਿਤੀ ਦੀਆਂ ਸਾਰੀਆਂ ਇਲੈਕਸ਼ਨਾਂ ਅਸੀਂ ਸੀਟਾਂ ਜਿੱਤੀਆਂ। ਇਸ ਪਿੰਡ ਤੋਂ ਸਾਡੇ ਸਰਪੰਚ ਸਾਹਿਬ ਸਭ ਤੋਂ ਵੱਡੀ ਲੀਡ ਦੇ ਨਾਲ ਨੌਂ ਚੜ ਕੇ ਬੈਠੇ ਆ ਬਲਾਕ ਸਮਿਤੀ 'ਚ, 1170 ਵੋਟਾਂ ਨਾਲ ਜਿੱਤੇ ਸੀ। ਮੈਨੂੰ ਜਦ ਯਾਦ ਹੈ ਸਾਡੀ ਬੀਬੀ ਜੀ ਜਿਹੜੇ ਇੱਥੇ ਜਿੱਤੇ ਹੈ, ਸਾਡੇ ਅੰਕੇ ਸਮਾਣੇ ਦੇ ਵਿੱਚ ਸਭ ਤੋਂ ਵੱਡੇ ਬਹੁਮਤ ਦੇ ਨਾਲ 1200 ਵੋਟਾਂ ਦੇ ਨਾਲ ਅਸੀਂ ਇੱਥੇ ਜਿੱਤ ਪ੍ਰਾਪਤ ਕੀਤੀ ਹੈ। ਇਸ ਪਿੰਡ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਮਦਦ ਕੀਤੀ ਹੈ ਔਰ ਸਾਰੀਆਂ ਸੀਟਾਂ ਜਿੱਤੀਆਂ, ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਜਿੱਤਾਂ ਜਿੱਤੀਆਂ, ਬਲਾਕ ਸਮਿਤੀ ਦੀਆਂ ਜਿੱਤੀਆਂ, ਸਾਰੀਆਂ ਪੰਚਾਇਤਾਂ ਦੀਆਂ ਜਿੱਤੀਆਂ, ਕਿਉਂਕਿ ਇਹਦੇ ਐਡੇ ਐਡੇ ਇਕੱਠ ਹੋ ਰਹੇ ਹੋ, ਐਡਾ ਵੱਡਾ ਹੁਲਾਰਾ ਮਿਲ ਰਿਹਾ। ਬਿਲਕੁਲ ਤੁਸੀਂ ਸਾਰੇ ਜਾਣਦੇ ਹੋ ਜਿਸ ਤਰ੍ਹਾਂ ਮਹਾਰਾਣੀ ਸਾਹਿਬ ਦੇ ਨਾਲ ਪਹਿਲੀ ਇਲੈਕਸ਼ਨ ਵੀ ਲੜ ਰਹੇ, ਚੌਥੀ ਇਲੈਕਸ਼ਨ ਲੜਨ ਜਾ ਰਹੇ ਹੈ। ਜਿਹੜਾ ਮਹਾਰਾਣੀ ਸਾਹਿਬ ਦਾ ਕੰਮ ਕਰਨ ਦਾ ਤਰੀਕਾ, ਲੋਕਾਂ ਦੇ ਨਾਲ ਵਿਚਰਨ ਦਾ ਤਰੀਕਾ, ਇਲਾਕੇ ਵਾਸਤੇ ਵਿਕਾਸ ਦਾ ਜਿਹੜੇ ਕਾਰਜ ਮਹਾਰਾਣੀ ਸਾਹਿਬ ਨੇ ਕੀਤੇ ਹੈ, ਅੱਜ ਸਮਾਣੇ ਇਲਾਕੇ ਦੇ ਵਿੱਚ ਬਹੁਤ ਵੱਡਾ ਹੁਲਾਰਾ, ਬਹੁਤ ਵੱਡਾ ਜੋਸ਼ ਹੈ ਇਹਨਾਂ ਦੀ ਇਲੈਕਸ਼ਨ ਦੇ ਵਾਸਤੇ। ਔਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ, ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਜੋ ਪੰਜਾਬ ਦੇ ਵਿੱਚ ਪਿਛਲੀ 2 ਸਾਲ ਦੀ ਕਾਰਗੁਜ਼ਾਰੀ ਹੈ ਕਿਹਾ ਜਾ ਸਕਦਾ, ਜਿੱਦਾਂ ਵਿਕਾਸ ਪੰਜਾਬ ਨੇ ਪਿਛਲੇ 2 ਸਾਲ 'ਚ ਕੀਤਾ, 10 ਸਾਲ ਦੇ ਵਿੱਚ ਇੰਨੇ ਕੰਮ ਪਿਛਲੀ ਸਰਕਾਰ 'ਚ ਨਹੀਂ ਹੋਏ ਜਿਹੜੇ 2 ਸਾਲ 'ਚ ਹੋਏ ਹੈ। ਬੜੇ ਔਖੇ ਹਾਲਾਤ 'ਚ ਸਰਕਾਰ ਮਿਲੀ ਹੈ, ਬਹੁਤ ਵੱਡਾ ਭਾਰੀ ਕਰਜ਼ਾ। ਅਸੀਂ ਇਲੈਕਸ਼ਨਾਂ ਜਾਂਦੇ ਹੁੰਦੇ ਸੀ, ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ 100 ਲੱਖ ਰੁਪਏ ਦਾ ਕਰਜ਼ਾ, ਇਹ ਜਿਹੜੀ ਸਰਕਾਰ ਸੀ ਪਾਰਟੀ ਸੀ ਜਿਹੜੀ ਕਹਿੰਦੀ ਸੀ ਰਾਜ ਨਹੀਂ ਸੇਵਾ, ਇਸ ਤਰ੍ਹਾਂ ਦੀ ਸੇਵਾ ਕਰਕੇ ਗਏ ਆ ਪੰਜਾਬ ਨੂੰ ਕਿ ਕੰਗਾਲ ਕਰਤਾ। ਇੱਕ ਜਦੋਂ ਤੁਹਾਡੀ ਕਿਰਪਾ ਦੇ ਨਾਲ ਮੈਂ ਅਸੈਂਬਲੀ 'ਚ ਗਿਆ, ਉੱਥੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਵਾਈਟ ਪੇਪਰ ਪੰਜਾਬ ਦੇ ਅੱਗੇ ਰੱਖਿਆ, ਉਸ ਤੋਂ ਬਾਅਦ ਪਤਾ ਲੱਗਿਆ ਕਿ 208 ਲੱਖ ਕਰੋੜ ਦਾ ਕਰਜ਼ਾ ਹੈ। ਅੰਦਾਜ਼ਾ ਤੁਸੀਂ ਲਾਓ ਕਿ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਸੀ ਸਿਰਫ 46,000 ਕਰੋੜ ਰੁਪਏ ਦਾ ਕਰਜ਼ਾ ਸੀ 2007 ਤੱਕ, ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਰਕਾਰ ਚੁਣੀ। ਪਿਛਲੇ 10 ਸਾਲ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹ ਕਰਜ਼ਾ ਵੱਧ ਕੇ 208 ਲੱਖ ਕਰੋੜ ਦਾ ਕਰਜ਼ਾ ਹੋ ਗਿਆ, 162 ਲੱਖ ਕਰੋੜ ਦਾ ਕਰਜ਼ਾ ਇਹਨਾਂ ਨੇ 10 ਸਾਲ 'ਚ ਦਿੱਤਾ। ਔਰ ਉਸਦੇ ਨਾਲ ਹੀ ਬਹੁਤ ਵੱਡਾ ਫਰੋਡ ਧਰੋਹ ਘੁਮਾਇਆ ਪੰਜਾਬ ਦੇ ਲੋਕਾਂ ਦੇ ਨਾਲ, 30,000 ਕਰੋੜ ਰੁਪਏ ਦੀ ਜੋ ਸੈਂਟਰ ਦੀ ਗ੍ਰਾਂਟ ਹੈ
ਉਹ ਵੀ ਮਿੱਚੀ ਖਾ ਕੇ 190-92 ਲੱਖ ਕਰੋੜ ਦਾ ਕਰਜ਼ਾ ਇਹਨਾਂ ਨੇ 10 ਸਾਲ 'ਚ ਖੜਾ ਕੀਤਾ ਸਾਡੀ ਪਾਰਟੀ ਨੇ ਪੰਜਾਬ ਦੇ ਸਿਰ। ਔਰ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਅਸੀਂ ਕਰਜ਼ੇ ਮਾਫ ਕਰਦੇ ਹਾਂ, ਅਸੀਂ ਵਿਕਾਸ ਕਰਨਾ, ਅਸੀਂ ਗਰੀਬਾਂ ਦੇ ਮਸਲੇ ਹੱਲ ਕਰਨੇ ਆ, ਤਾਂ ਸਾਡੀ ਜਿਹੜੀ ਵਿਰੋਧੀ ਪਾਰਟੀ ਹੈ ਅਕਾਲੀ ਦਲ ਵਾਲੇ ਫਸਦੇ ਹੋਏ ਸੀ। ਉਹਨਾਂ ਨੂੰ ਪਤਾ ਸੀ ਕਿ ਜਿਸ ਇਕੱਠੇ ਖੂਹ ਦੇ ਵਿੱਚ ਅਸੀਂ ਪੰਜਾਬ ਨੂੰ ਸੁੱਟ ਕੇ ਗਏ ਹਾਂ, ਪੰਜਾਬ ਕਦੇ ਬਚ ਨਹੀਂ ਸਕਦਾ। ਅਕਾਲ ਪੁਰਖ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਕੈਪਟਨ ਅਮਰਿੰਦਰ ਸਿੰਘ ਜੀ 2002-2007 ਪਹਿਲਾਂ ਵੀ ਪੰਜਾਬ ਉਹਨਾਂ ਨੇ ਬਚਾਇਆ, ਔਰ ਖਾਸ ਕਰਕੇ ਤੁਹਾਡੇ ਸਾਹਮਣੇ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਪਿਛਲੇ 2 ਸਾਲਾਂ 'ਚ ਦੇ ਕੇ ਖੋਲੀ ਹੈ, ਮਿਸਾਲ ਪੈਦਾ ਹੋਈ। ਕਿਸਾਨ ਵੀ ਬੈਠੇ ਹੈ ਇੱਥੇ, ਗਰੀਬ ਲੋਕ ਵੀ ਬੈਠੇ ਹੈ, ਸਾਰੇ ਤਬਕੇ ਦੇ ਲੋਕ ਬੈਠੇ ਹੈ। ਕੋਈ ਛੋਟੀ ਗੱਲ ਨਹੀਂ ਕਿ ਇਕੱਲੇ ਸਮਾਣੇ ਦੇ ਕਿਸਾਨੀ ਦੇ ਅਸੀਂ 43 ਕਰੋੜ ਦੇ ਕਰਜ਼ੇ ਮਾਫ ਕੀਤੇ, ਗੜੇਮਾਰੀ ਇੱਥੇ ਹੋਈ 10-11 ਕਰੋੜ ਰੁਪਈਆ ਸਮਾਣੇ ਵਾਲੇ ਦੇ ਕਿਸਾਨਾਂ ਨੂੰ ਮਿਲਿਆ, ਵਿਕਾਸ ਦੀਆਂ ਬੜੀਆਂ ਵੱਡੀਆਂ ਗ੍ਰਾਂਟਾਂ, ਬਹੁਤ ਵੱਡੀਆਂ ਸੜਕਾਂ ਜਿਹੜੀਆਂ ਪੰਜਾਬ ਦੇ ਵਿੱਚ ਜਾਲ ਬਣਿਆ ਜਾ ਰਿਹਾ, ਬਹੁਤ ਵੱਡੀ ਗਿਣਤੀ 'ਚ ਸਾਡੇ ਸਮਾਣੇ 'ਚ ਬਣ ਰਹੀਆਂ, ਵੱਡੀਆਂ ਸੜਕਾਂ ਬਣ ਰਹੀਆਂ, ਪਿੰਡਾਂ ਦੇ ਵਿੱਚ ਗ੍ਰਾਂਟਾਂ ਲੈ ਕੇ ਜਾ ਰਹੇ ਹੈ। ਸੋ ਇਹ ਹਾਲਾਤ ਬੜੀ ਮੁਸ਼ਕਲ ਦੇ ਨਾਲ, ਇਹ ਪੈਸਾ ਆਇਆ ਕਿ ਬੜੀ ਮੁਸ਼ਕਲ ਦੇ ਹਾਲਾਤ ਦੇ ਵਿੱਚ ਪੰਜਾਬ ਨੂੰ ਦੁਬਾਰਾ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਲੋਕ ਜਾਗਰੂਕ ਨੇ, ਇਹ ਸਿਰਫ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਨੂੰ ਬਚਾ ਸਕਦੇ ਹੈ। ਸੋ ਇਸ ਕਰਕੇ ਬੜੀ ਵੱਡੀ ਉਮੀਦ ਬਣੀ ਹੈ ਪੰਜਾਬ ਦੇ ਲੋਕਾਂ ਨੂੰ, ਬਹੁਤ ਵੱਡੀ ਉਮੀਦ ਬਣੀ ਹੈ ਪਟਿਆਲੇ ਹਲਕੇ ਦੇ ਲੋਕਾਂ ਨੂੰ, ਖਾਸ ਕਰਕੇ ਸਮਾਣੇ ਹਲਕੇ ਦੇ ਲੋਕਾਂ ਨੂੰ। ਇਸ ਕਰਕੇ ਬਹੁਤ ਵੱਡਾ ਹੁੰਗਾਰਾ, ਬਹੁਤ ਵੱਡਾ ਜੋਸ਼ ਹਲਕੇ ਸਮਾਣੇ ਦੇ ਲੋਕਾਂ ਦੇ ਵਿੱਚ ਹੈ। ਮੈਂ ਮਹਾਰਾਣੀ ਸਾਹਿਬ ਨੂੰ ਵੱਡੀ ਕਚਹਿਰੀ 'ਚ ਖੜ੍ਹਾ ਹੋ ਕੇ ਵਿਸ਼ਵਾਸ ਦਵਾ ਸਕਦਾ, ਇਸ ਚੀਜ਼ ਦਾ ਪੂਰਨ ਭਰੋਸਾ ਹੈ ਕਿ ਬਹੁਤ ਵੱਡੀ ਲੀਡ ਦੇ ਨਾਲ ਮਹਾਰਾਣੀ ਸਾਹਿਬ ਹਲਕੇ ਸਮਾਣੇ ਦੇ ਵਿੱਚ ਜਿੱਤਣਗੇ। ਅੱਜ ਤੱਕ ਇਹ ਇਤਿਹਾਸ ਪੈਦਾ ਹੋਣਾ, ਮੈਂ ਜਿਹੜਾ ਮਾਹੌਲ ਦੇਖ ਰਿਹਾ ਇਸ ਇਲੈਕਸ਼ਨ ਦੇ ਵਿੱਚ, ਔਰ ਇਹ ਜਿਹੜੀ ਇਲੈਕਸ਼ਨ ਹੈ ਇਹ ਪਾਰਲੀਮੈਂਟ ਦੀ ਇਲੈਕਸ਼ਨ ਹੈ। ਸਾਡੇ ਦੂਸਰੇ ਪਾਸੇ ਸਾਡੇ ਵਿਰੋਧੀ ਕੈਂਡੀਡੇਟ ਸੁਰਜੀਤ ਸਿੰਘ ਜੀ ਰੱਖੜਾ ਬੜੀਆਂ ਇਲੈਕਸ਼ਨਾਂ ਸਮਾਣੇ ਤੋਂ ਲੜੀਆਂ, ਬੜੀ ਉਹ ਵੀ ਆਪਣੀ ਕੋਸ਼ਿਸ਼ ਕਰ ਰਹੇ ਹੈ, ਔਰ ਮੈਂ ਦੇਖਦਾ ਵੀ ਰੱਖੜਾ ਸਾਹਿਬ ਬਿਲਕੁਲ ਭੁੱਲ ਗਏ। ਰੱਖੜਾ ਸਾਹਿਬ ਨੂੰ ਅਜੇ ਤੱਕ ਇਹੀ ਮੇਰਾ ਖਿਆਲ ਉਹਨਾਂ ਨੂੰ ਕਲੀਅਰ ਨਹੀਂ ਹੋਇਆ ਕਿ ਉਹ ਪਾਰਲੀਮੈਂਟ ਦੀ ਇਲੈਕਸ਼ਨ ਲੜ ਰਹੇ। ਰੱਖੜਾ ਸਾਹਿਬ ਸਮਾਣੇ ਤੋਂ ਨਹੀਂ, ਸਮਾਣੇ 'ਚ ਹੀ ਫੇਰੀ ਜਾ ਰਹੇ। ਜਦੋਂ ਦੇਖ ਲਿਓ ਕਿਸੇ ਨਾ ਕਿਸੇ ਪ੍ਰੋਜੈਕਟ 'ਚ ਸਮਾਣੇ ਦੇ ਜੀ, ਅੱਜ ਸਭ ਤੋਂ ਪਹਿਲਾਂ ਪ੍ਰੋਗਰਾਮ ਅਸੀਂ ਰੱਖੜੇ ਰੱਖਿਆ। ਮੈਂ ਉੱਥੇ ਦੱਸਿਆ, ਮੈਂ ਕਿਹਾ ਰੱਖੜਾ ਸਾਹਿਬ ਤੁਹਾਡੇ ਪਿੰਡ ਪ੍ਰੋਗਰਾਮ ਇਸ ਕਰਕੇ ਰੱਖਿਆ ਕਿ ਤੁਹਾਨੂੰ ਅਸੀਂ ਦੱਸਣ ਆਏ ਹਾਂ ਕਿ ਇਹ ਪਾਰਲੀਮੈਂਟ ਦੀ ਇਲੈਕਸ਼ਨ ਹੈ, ਅਸੈਂਬਲੀ ਦੀ ਇਲੈਕਸ਼ਨ ਹੈ। ਇਹ ਜੀਰਕਪੁਰ ਤੋਂ ਸ਼ੁਰੂ ਹੋ ਕੇ ਸ਼ਕਰਾਣੇ ਤੱਕ ਹੈ, ਤੁਸੀਂ ਬਾਕੀ ਹਲਕਿਆਂ 'ਚ ਵੀ ਜਾਓ, ਜਿਹੜਾ ਵੀ ਲੀਡਰ ਭਾਵੇਂ ਸੁਰਜੀਤ ਸਿੰਘ ਬਾਦਲ ਹੋਵੇ, ਪ੍ਰਕਾਸ਼ ਸਿੰਘ ਬਾਦਲ ਇੱਥੇ ਆਏ, ਇੱਥੇ ਮਜੀਠੀਆ ਸਾਹਿਬ, ਜਿੰਨੇ ਵੀ ਲੀਡਰ ਹੈ ਸਾਰੇ ਸਮਾਣੇ 'ਚ ਪਹੁੰਚ ਰਹੇ। ਸਮਾਣੇ ਦਾ ਫੋਰੀਆ ਹੋਇਆ ਹੋਇਆ, ਕਿਉਂਕਿ ਇਕੱਲਾ ਪਟਿਆਲੇ 'ਚ ਨਹੀਂ ਰੱਖਣਾ ਸਾਹਿਬ ਨੂੰ, ਸਮਾਣੇ ਕੋਈ ਹੰਗਾਮਾ ਨਹੀਂ। ਸੋ ਪਾਰਲੀਮੈਂਟ ਦੀ ਇਲੈਕਸ਼ਨ ਹੈ, ਇਹ ਜਿਹੜਾ ਹੈ ਨਾ ਚੌਕੀਦਾਰ ਉਹਨੂੰ ਬਦਲਣ ਵਾਸਤੇ ਇਹ ਸਰਕਾਰ, ਮਹਾਰਾਣੀ ਸਾਹਿਬ ਨੇ ਤਾਂ ਪਾਰਲੀਮੈਂਟ ਬਣ ਕੇ ਦਿੱਲੀ ਜਾਣਾ। ਜਿਹੜੀ ਸਰਕਾਰ ਪਿਛਲੇ 5 ਸਾਲ ਤੋਂ ਚੱਲੀ ਹੈ,
ਜੋ ਲੋਕਾਂ ਨੇ ਪ੍ਰਧਾਨ ਮੰਤਰੀ ਬਣਾਇਆ ਸੀ ਬਣ ਗਿਆ ਚੌਕੀਦਾਰ। ਚੌਕੀਦਾਰ ਇਹਦਾ ਚੌਕੀਦਾਰ ਹੈ ਜਿਹੜੇ ਸਾਰਾ ਚੌਕੀਦਾਰ ਦਾ ਕੀਤਾ ਅਮੀਰ ਲੋਕਾਂ ਦਾ। ਚੌਕੀਦਾਰ ਕਿਹਨਾਂ ਦਾ? ਵੀਰ ਮੋਦੀ ਦਾ ਚੌਕੀਦਾਰ ਹੈਗਾ, ਲਲਿਤ ਮੋਦੀ ਦਾ, ਵਿਜੇ ਮਾਲਿਆ ਦਾ, ਮੇਰ ਚੌਕਸੀ ਦਾ, ਅਨਿਲ ਅੰਬਾਨੀ ਦਾ, ਇਹਨਾਂ ਲੋਕਾਂ ਦਾ ਚੌਕੀਦਾਰ ਹੈ। ਚੌਕੀਦਾਰ ਨੇ ਹੁਕਮ ਦਿੱਤਾ ਵੀ ਜਿੰਨਾ ਮਰਜ਼ੀ ਹਿੰਦੁਸਤਾਨ ਨੂੰ ਲੁੱਟ ਕੇ ਤੁਸੀਂ ਚਲੇ ਜਾਓ, ਜਿੰਨਾ ਮਰਜ਼ੀ ਲੁੱਟ ਕੇ ਲੈ ਜਾਓ, ਬਸ ਜਦੋਂ ਮੇਰੀ ਇਲੈਕਸ਼ਨ ਆਊਗੀ, ਮੇਰੀ ਇਲੈਕਸ਼ਨ 'ਚ ਮੇਰਾ ਕੰਮ ਕਰਵਾ ਦਿਓ। ਸੋ ਇਹ ਜਿਹੜਾ ਪੈਸਾ ਲੱਗ ਰਿਹਾ ਜਿਹੜੇ ਵੱਡੇ ਤੁਸੀਂ ਦੇਖ ਰਹੇ ਹੋ, ਅਰਬਾਂ ਰੁਪਏ ਦੀ ਬੀਜੇਪੀ ਦੀ ਜਿਹੜੀ ਕੰਪੇਨ ਚੱਲ ਰਹੀ ਹੈ, ਇਹਨਾਂ ਨੇ ਸਾਰਾ ਮੀਡੀਆ ਖਰੀਦ ਲਿਆ, ਸਾਰਾ ਸਿਸਟਮ ਖਰੀਦ ਲਿਆ, ਇਹ ਪੈਸਾ ਕਿੱਥੇ ਤੋਂ ਆਇਆ? ਇਹ ਜਿਹੜੇ ਇਹ ਵੱਡਾ ਟੋਲਾ ਹਜ਼ਾਰਾਂ ਕਰੋੜ ਰੁਪਏ ਵਾਲਾ ਵੱਡੇ ਜਿਹੜੇ ਘਰਾਣੇ ਆ ਜਿਹਨਾਂ ਦਾ ਚੌਕੀਦਾਰ ਬਣਿਆ, ਉਹਨਾਂ ਦਾ ਹੀ ਪੈਸਾ ਲੱਗਿਆ। ਔਰ ਅੱਜ ਜਿਹੜੇ ਅਸੀਂ ਜਦੋਂ ਪਿੱਛੇ ਝਾਤ ਮਾਰ ਕੇ ਦੇਖਦੇ ਹਾਂ, ਜਦੋਂ ਇਹਨਾਂ ਨੇ ਪਿਛਲੀ ਵਾਰ ਸਰਕਾਰ ਬਣਿਆ ਸੀ 208 ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, 208 ਵਾਅਦੇ ਕੀਤੇ ਸੀ, ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਬਹੁਤ ਲੰਬੀ ਕਹਾਣੀ ਹੈ। ਸੋ ਅੱਜ ਦਿਨ ਚੌਕੀਦਾਰ ਕੋਲ ਅੱਛੇ ਦਿਨ ਆਏਗੇ, ਹੁਣ ਅੱਛੇ ਦਿਨ ਨੂੰ ਛੱਡ ਕੇ ਹੁਣ ਚੌਕੀਦਾਰ ਬਣ ਗਿਆ। ਸੋ ਅੱਜ ਕਹਿਣ ਨੂੰ ਕੁਛ ਨਹੀਂ ਲੋਕਾਂ ਦੀ ਕਚਹਿਰੀ ਦੇ ਵਿੱਚ। ਸੋ ਇਸ ਕਰਕੇ ਇਹ ਜਿਹੜਾ ਮਾਹੌਲ ਬਣਿਆ, ਲੋਕ ਜਾਣ ਚੁੱਕੇ ਆ, ਹੁਣ ਇੱਕੋ ਹੀ ਗੱਲ ਹੈ ਕਿ ਪਾਕਿਸਤਾਨ ਦਾ ਡਰਾਮਾ ਦੇਣਾ ਸ਼ੁਰੂ ਕਰ ਦਿੱਤਾ। ਏਅਰ ਸਟ੍ਰਾਈਕ ਹੋਈ ਹੈ, ਐਡਾ ਵੱਡਾ ਪਾਕਿਸਤਾਨ ਦਾ ਹਊਆ ਹਿੰਦੁਸਤਾਨ ਦੇ ਵਿੱਚ ਬਣਾਇਆ ਜਾ ਰਿਹਾ ਕਿ ਪਾਕਿਸਤਾਨ ਦਾ ਡਰਾ ਲੋਕਾਂ ਨੂੰ ਡਰਾਮਾ ਦੇ ਕੇ ਬੂਟਾ ਲੈ ਲਿਆ। ਪਾਕਿਸਤਾਨ ਦੀ ਕੋਈ ਔਕਾਤ ਨਹੀਂ ਹਿੰਦੁਸਤਾਨ ਦੇ ਸਾਹਮਣੇ, ਪਾਕਿਸਤਾਨ ਦੀ ਕੋਈ ਜੇ ਆਰਮੀ ਹੈ ਉਹਦੀ ਕੋਈ ਔਕਾਤ ਨਹੀਂ ਹਿੰਦੁਸਤਾਨ ਦੀ ਆਰਮੀ ਦੇ ਸਾਹਮਣੇ। ਅੱਜ ਬੜੀਆਂ ਬੇਫਜ਼ੂਲ ਗੱਲਾਂ ਚੀਫ ਮਿਨਿਸਟਰ ਲੈਵਲ ਦੀਆਂ ਹੋ ਰਹੀਆਂ। ਯੂਪੀ ਦਾ ਚੀਫ ਮਿਨਿਸਟਰ ਕਹਿੰਦਾ ਕਿ ਜੇ ਮੋਦੀ ਜੀ ਆਪਦੀ ਆਰਮੀ ਹੈ, ਮੋਦੀ ਜੀ ਨੇ ਆਰਮੀ ਬਣਾਈ ਹੈ, ਅਤੇ ਮੋਦੀ ਜੀ ਤਾਂ 4 ਸਾਲ ਪਹਿਲਾਂ ਆਏ, ਅਸੀਂ 1965 ਦੀ 1973 ਦੀਆਂ ਐਡੀਆਂ ਦੀਆਂ ਲੜਾਈਆਂ ਕਾਂਗਰਸ ਪਾਰਟੀ ਨੇ ਜਿੱਤੀਆਂ, ਕਦੇ ਆਰਮੀ ਨੂੰ ਅੱਗੇ ਲੈ ਕੇ ਕਦੇ ਇਲੈਕਸ਼ਨ ਨਹੀਂ ਲੜੀ ਗਈ ਸੀ। ਇਹ ਪਹਿਲੀ ਵਾਰ ਹੈ ਕਿ ਮੋਦੀ ਜੀ ਦੀ ਆਰਮੀ, ਮੋਦੀ ਜੀ ਨੇ ਆਰਮੀ ਵਾਸਤੇ ਕੀ ਕੀਤਾ? ਮੋਦੀ ਜੀ ਨੇ ਜੇ ਕੁਛ ਕੀਤਾ, ਇੱਕੋ ਹੀ ਡੀਲ ਕੀਤੀ ਹੈ, ਰਫੈਲ ਡੀਲ ਕੀਤੀ ਹੈ ਫਰਾਂਸ ਦੇ ਨਾਲ, ਜਿਹੜੇ ਅਸੀਂ ਕਹਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਜਿਹੜੇ 126 ਰਫੈਲ ਏਅਰਕ੍ਰਾਫਟ ਖਰੀਦਦੇ ਸੀ ਉਹ 36 ਕਰਕੇ, ਜਿਹੜਾ 625 ਦਾ ਸੀ ਉਹ 1600 ਦਾ ਕਰਤਾ, 3000 ਕਰੋੜ ਰੁਪਈਆ ਸਿੱਧਾ 30000 ਕਰੋੜ ਰੁਪਈਆ ਅਨਿਲ ਅੰਬਾਨੀ ਦੀ ਜੇਬ 'ਚ ਪਾਤਾ। ਪ੍ਰਾਈਮ ਮਿਨਿਸਟਰ ਪਹਿਲੀ ਵਾਰ ਡੀਲ ਕਰਨ ਜਾਂਦਾ ਹਿੰਦੁਸਤਾਨ ਦੀ ਆਰਮੀ ਵਾਸਤੇ, ਡਿਫੈਂਸ ਵਾਸਤੇ ਆਪ ਜਾਂਦਾ ਜਿਹੜੀ ਫਰਾਂਸ ਦੇ ਪ੍ਰੈਜੀਡੈਂਟ ਦੇ ਨਾਲ, ਔਰ ਉਹਨੇ ਕਿਹਾ ਫਰਾਂਸ ਦੇ ਪ੍ਰੈਜੀਡੈਂਟ ਕਿ ਇਹਦੇ ਵਿੱਚ ਇੱਕ ਸ਼ਰਤ ਸੀ ਕਿ ਜੇ ਸੌਦਾ ਅਨਿਲ ਅੰਬਾਨੀ ਨੂੰ ਮਿਲਦਾ ਤਾਂ ਹੀ ਇਹ ਡੀਲ ਕਲੀਅਰ ਹੋ। ਸੋ ਉਸ ਤੋਂ ਬਾਅਦ ਤੁਸੀਂ ਦੇਖਿਆ ਵੀ ਜਿਹੜਾ ਚੌਕੀਦਾਰ ਹੈ, ਚੌਕੀਦਾਰ ਤਾਂ ਉਹੀ ਹੁੰਦਾ ਜਿਹੜਾ ਘਰ 'ਚ ਰਹੇ। ਚੌਕੀਦਾਰ ਤਾਂ ਪਿਛਲੇ 4 ਸਾਲ ਵਿਦੇਸ਼ਾਂ ਦਾ ਹੀ ਚੱਕਰ ਮਾਰਦਾ ਰਿਹਾ, 86 ਵਾਰ ਵਿਦੇਸ਼ਾਂ ਦਾ ਗੇੜਾ ਮਾਰਿਆ ਮੋਦੀ ਸਾਹਿਬ ਨੇ, ਔਰ ਖਾਸ ਕਰਕੇ USA ਅਮਰੀਕਾ, ਜਿਸ ਨੇ ਜਦੋਂ ਚੀਫ ਮਿਨਿਸਟਰ ਸੀ ਨਰਿੰਦਰ ਮੋਦੀ, ਵੀਜ਼ਾ ਕੈਂਸਲ ਕੀਤਾ ਸੀ ਸਰਕਾਰ, ਜਿਹੜੀ ਯੂਨਾਈਟਡ ਸਟੇਟ ਹੈ USA ਨੇ ਵੀਜ਼ਾ ਕੈਂਸਲ ਕਰਤਾ ਸੀ ਨਰਿੰਦਰ ਮੋਦੀ ਦਾ, 5 ਵਾਰੀ US ਦਾ ਗੇੜਾ ਮਾਰਿਆ। ਸੋ 2000
10 ਕਰੋੜ ਰੁਪਈਆ ਦੀਆਂ ਵਿਦੇਸ਼ੀ ਯਾਤਰਾ 'ਤੇ ਖਰਚ ਕੀਤਾ, 4000 ਕਰੋੜ ਰੁਪਈਏ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਇਸ਼ਤਿਹਾਰਬਾਜ਼ੀ ਆਪਣੀ ਵਾਹਵਾਹੀ ਕੱਢਣ ਵਾਸਤੇ ਇਹਨੇ ਲਾਇਆ। ਇਹ ਜਿਹੜਾ ਚੌਕੀਦਾਰ ਹੈ ਇਹ ਚੌਕੀਦਾਰ ਨਹੀਂ ਹੈ, ਇਹ ਚੌਕੀਦਾਰ ਚੋਰ ਹੈ, ਸਾਬਤ ਹੋ ਗਿਆ। ਕਦੇ ਇਸ ਚੌਕੀਦਾਰ ਨੇ ਅੱਜ ਤੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ ਹਿੰਦੁਸਤਾਨ ਦੀ, ਇਹਦੇ 'ਚ ਇੱਡਾ ਹੌਸਲਾ ਨਹੀਂ ਕਿ ਪ੍ਰੈਸ ਦਾ ਸਾਹਮਣਾ ਕਰ ਸਕੇ। ਡਾਕਟਰ ਮਨਮੋਹਨ ਸਿੰਘ ਜੀ ਜਦੋਂ ਵੀ ਵਿਦੇਸ਼ ਦੀ ਯਾਤਰਾ ਤੋਂ ਆਉਂਦੇ ਸੀ ਹਮੇਸ਼ਾ ਪ੍ਰੈਸ ਕਾਨਫਰੰਸ ਕਰਦੇ ਹੁੰਦੇ। ਤੁਸੀਂ ਕਦੇ ਨਰਿੰਦਰ ਮੋਦੀ ਨੂੰ ਸਿਰਫ ਲੈਕਚਰ ਦਿੰਦੇ ਦੇਖਿਆ ਹੋਊਗਾ, ਕਦੇ ਪ੍ਰੈਸ ਕਾਨਫਰੰਸ ਕੀਤੀ। ਕੁਛ ਦਿਨ ਪਹਿਲਾਂ ਇਲੈਕਸ਼ਨ ਦੇ ਵਿੱਚ ਕੁਛ ਪ੍ਰੈਸ ਵਾਲੇ ਮਿਲ ਗਏ, ਉਹਨਾਂ ਨੇ ਕੁਛ ਸਵਾਲ ਜਵਾਬ ਕੀਤਾ ਕਿ ਮੋਦੀ ਸਾਹਿਬ ਇਹ ਬੜਾ ਵੱਡਾ ਸਕੈਂਡਲ ਹੈ ਰਫੈਲ ਦਾ। ਉਦੋਂ ਬੜੇ ਗੁੱਸੇ 'ਚ ਨਰਿੰਦਰ ਮੋਦੀ ਜਵਾਬ ਦੇ ਰਹੇ ਹੈ ਕਿ ਆਪਕੋ ਮਾਲੂਮ ਨਹੀਂ ਹੈ ਕਿ ਮੇਰੇ ਕੋਲ ਸੁਪਰੀਮ ਕੋਰਟ ਨੇ ਕਲੀਅਰ ਕਰਦੀ ਹੈ। ਔਰ ਕਮਾਲ ਦੀ ਗੱਲ ਹੋ ਗਈ, 2 ਦਿਨ ਬਾਅਦ ਹੀ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਕਿ ਜਿਹੜੀਆਂ ਚੋਰੀ ਹੋਈਆਂ ਰਫੈਲ ਦੀਆਂ ਫਾਈਲਾਂ ਉਹ ਦੁਬਾਰਾ ਐਵੀਡੈਂਸ ਵਾਸਤੇ ਦਿੱਤੀਆਂ ਜਾਣ, ਜਿਸ ਤੋਂ ਕਲੀਅਰ ਹੋ ਗਿਆ ਕਿ ਬਹੁਤ ਵੱਡੀ ਚੋਰੀ ਰਫੈਲ ਦੇ ਵਿੱਚ ਹੋ ਗਈ। ਔਰ ਇਹ ਜਿਹੜੇ ਸਾਰੇ ਮਸਲੇ ਆ ਇਹ ਜਿਹੜਾ ਬਿਲਕੁਲ ਸਰਕਾਰ ਫੇਲ ਹੋ ਚੁੱਕੀ ਹੈ। ਸੈਂਟਰ ਦੇ ਵਿੱਚ ਹਰੇ ਜਿੰਨੇ ਵੀ ਵਾਅਦੇ ਕਰੇ ਸੀ ਸਾਰਿਆਂ 'ਚ ਇਹ ਫੇਲ ਹੈ। ਔਰ ਖਾਸ ਕਰਕੇ ਤੁਸੀਂ ਦੂਸਰੇ ਪਾਸੇ ਮਾਰੋ, ਸਾਨੂੰ ਸਾਹਮਣੇ ਕੋਈ ਨਜ਼ਰ ਹੀ ਨਹੀਂ ਆ ਰਿਹਾ। ਡਾਕਟਰ ਧਰਮਜੀਤ ਜੀ ਗਾਂਧੀ ਪਹਿਲਾਂ ਕਿਸੇ ਹੋਰ ਪਾਰਟੀ ਦੇ ਨਾਲ ਸੀ, ਅੱਜ ਕਿਸੇ ਹੋਰ ਪਾਰਟੀ ਦੇ ਨਾਲ। ਹੁਣ ਅਸੀਂ ਦੇਖ ਰਹੇ ਹਾਂ ਵੀ ਪਿੰਡਾਂ 'ਚ ਸਾਨੂੰ ਪਤਾ ਲੱਗ ਰਿਹਾ ਕਿ ਪੱਲਾ ਫਲਾਈ ਦੇ ਰਹੇ ਹੈ। ਮੈਂ ਡਾਕਟਰ ਧਰਮਜੀਤ ਗਾਂਧੀ ਜੀ ਨੂੰ ਪੁੱਛਦਾ ਕਿ ਤੁਹਾਨੂੰ ਇਸ ਪਾਰਲੀਮੈਂਟ ਦੇ ਹਲਕੇ ਦੇ ਲੋਕਾਂ ਦੇ ਮੈਂਬਰ ਪਾਰਲੀਮੈਂਟ ਬਣਾਇਆ ਸੀ, ਤੁਸੀਂ 5 ਸਾਲ ਕਿੱਥੇ ਸੀ? ਕਿਸੇ ਪਿੰਡ 'ਚ ਨਹੀਂ ਗਏ, ਕਿਸੇ ਦੇ ਦੁੱਖ ਸੁੱਖ 'ਤੇ ਨਹੀਂ ਗਏ, ਕਿਸੇ ਦੇ ਖੁਸ਼ੀ ਦੇ ਮੌਕੇ 'ਤੇ ਨਹੀਂ ਗਏ। ਸਿਰਫ ਇੱਕ ਜੋ ਡਿਸਕ੍ਰਿਪਸ਼ਨਰੀ ਫੰਡ ਮਿਲਦਾ 5 ਕਰੋੜ ਰੁਪਈਆ ਹਰੇਕ ਮੈਂਬਰ ਪਾਰਲੀਮੈਂਟ ਨੂੰ ਮਿਲਦਾ, ਉਹਦਾ ਚੈੱਕ ਕੱਟ ਕੇ ਦੇ ਦਿੰਦੇ ਹਾਂ। ਇਹ ਬਹੁਤ ਵੱਡਾ ਆਸਾਨ ਕਰਦੇ ਆ ਪਟਿਆਲੇ ਹਲਕੇ ਦੇ ਲੋਕਾਂ। ਇਹ ਅੱਜ ਫਿਰ ਇਲੈਕਸ਼ਨ 'ਚ ਆ ਗਏ ਹੈ, ਜਦੋਂ ਤੁਸੀਂ ਪਹਿਲਾਂ ਨਹੀਂ ਕਿਸੇ ਪਿੰਡ ਗਏ, ਅੱਜ ਤੁਸੀਂ ਪਿੰਡਾਂ 'ਚ ਕਿਉਂ ਜਾਂਦੇ ਹੋ? ਇਹ ਜਿਹੜਾ ਮਾਹੌਲ ਬਣਿਆ ਬਿਲਕੁਲ ਕਲੀਅਰ ਹੈਗਾ ਕਿ ਬਹੁਤ ਵੱਡਾ ਫਤਵਾ ਕਾਂਗਰਸ ਪਾਰਟੀ ਨੂੰ ਮਿਲਣ ਜਾ ਰਿਹਾ ਇਸ ਇਲੈਕਸ਼ਨ ਦੇ ਵਿੱਚ। 13 ਦੀਆਂ 13 ਸੀਟਾਂ ਅਸੀਂ ਪੰਜਾਬ 'ਚ ਜਿੱਤਣੀਆਂ, ਔਰ ਖਾਸ ਕਰਕੇ ਪਟਿਆਲੇ ਦੀ ਸੀਟ ਅਸੀਂ ਸਭ ਤੋਂ ਵੱਡੇ ਪੰਜਾਬ ਦੇ ਵਿਭਾਜਨ ਦੇ ਨਾਲ ਮਹਾਰਾਣੀ ਗੁਰਜੀਤ ਕੌਰ ਜੀ ਨੂੰ ਜਿੱਤਣ ਨੂੰ ਜਾ ਰਹੇ ਹੈ। ਅੱਜ ਦੀ ਇਸ ਕੰਪੇਨ ਵਾਸਤੇ ਜਿਹੜਾ ਤੁਸੀਂ ਐਡਾ ਵੱਡਾ ਕੋਸ਼ਿਸ਼ ਕੀਤੀ ਹੈ, ਵਿਸ਼ਵਾਸ ਦਵਾਇਆ ਸਾਰੇ ਸਾਡੇ ਲੀਡਰ ਸਾਹਿਬਾਨ ਦਾ, ਸਾਡੇ ਗਲੀਆਂ ਹੋਏ ਚੁਣੇ ਹੋਏ ਸਰਪੰਚ ਸਾਹਿਬ, ਪੱਤਰ ਪੰਚਾਇਤ, ਜ਼ਿਲ੍ਹਾ ਪਰਿਸ਼ਦ ਦੇ ਮੈਂਬਰ, ਬਲਾਕ ਸਮਿਤੀ ਦੇ ਮੈਂਬਰ, ਮੈਂ ਸਾਰਿਆਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਵਿਸ਼ਵਾਸ ਵਾਸਤੇ, ਇਸ ਇਕੱਠ ਵਾਸਤੇ। ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪਿੰਡ ਪਿੰਡ ਜਾ ਕੇ ਬਾਣੀ ਸਾਹਿਬ ਦੀ ਕੰਪੇਨ ਕਰਨੀ ਹੈ, ਇੱਕ ਇਹ ਸਾਰਾ ਮਾਹੌਲ ਬਣਾਉਣਾ, ਉਸ ਵਾਸਤੇ ਮੈਂ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ MLA ਸਾਹਿਬ ਸਰਦਾਰ ਰਜਿੰਦਰ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰਾਂ ਨਾਲ ਸਾਨੂੰ ਜਾਣੂ ਕਰਵਾਇਆ। ਸਾਡੀ ਦੇਸ਼ ਦੀ ਜੋ ਮੌਜੂਦਾ ਸਥਿਤੀ ਹੈ, ਚਾਹੇ ਉਹ ਆਰਥਿਕ ਪੱਖੋਂ ਜਾਂ ਡਿਫੈਂਸ ਸਿਸਟਮ ਦੇ ਪੱਖੋਂ, ਉਹ ਤੋਂ ਸਾਨੂੰ ਅਵਗਤ ਕਰਾਇਆ। ਇਸ ਤੋਂ ਇਲਾਵਾ ਮੈਂ ਮਹਾਰਾਣੀ ਸਾਹਿਬ ਨੂੰ ਦੱਸਣਾ ਚਾਹਾਂਗਾ ਕਿ ਮਹਾਰਾਣੀ ਸਾਹਿਬ ਸਾਡਾ ਪਿੰਡ ਸੁਰਜੀਤ ਸਿੰਘ ਰੱਖੜਾ ਜੀ ਦੇ ਧੱਕੇ ਦਾ ਸਭ ਤੋਂ ਵੱਡਾ ਗਵਾਹ ਹੈ। ਜੋ ਅਕਾਲੀ ਦਲ ਨੇ ਧੱਕੇ ਕਰੇ, ਉਸ ਸਾਡਾ ਪਿੰਡ ਇੱਕ ਐਸਾ ਪਿੰਡ ਹੈ ਕਿ ਜਿੱਥੇ ਹਰੀਜਨ
ਸਾਡੇ ਜੋ ਵੀਰ ਹੈਗੇ ਵਾਲਮੀਕੀ ਵੀਰ ਹੈਗੇ ਉਹਨਾਂ ਦੀ ਇੱਕ ਸਾਂਝੀ ਥਾਂ ਸੀ, ਇੱਕ ਮੰਦਰ ਸੀ। ਉਹ ਸਾਂਝੀ ਥਾਂ ਜੋ ਕਿ ਸਾਰੇ ਪਿੰਡ ਦੀ ਸੀ, ਉਹ ਸਾਂਝੀ ਥਾਂ ਛਡਾ ਕੇ ਅਕਾਲੀ ਦਲ ਦੇ ਇੱਕ ਨਿੱਜੀ ਬੰਦੇ ਨੂੰ ਜੋ ਕਿ ਅਕਾਲੀ ਦਲ ਦਾ ਵਰਕਰ ਸੀ ਉਹਨੂੰ ਕਰਵਾਉਣ ਲਈ ਸਾਰੇ ਪਿੰਡ 'ਤੇ ਨਜਾਇਜ਼ ਪਰਚੇ ਕਰਵਾਏ ਗਏ। ਸਾਡੀਆਂ ਭੈਣਾਂ ਦੀ ਕੁੱਟਮਾਰ ਕੀਤੀ ਗਈ, ਉਹਨਾਂ ਨੂੰ ਝੂਠੇ ਕੇਸਾਂ 'ਚ ਇਨਵੋਲਵ ਕੀਤਾ ਗਿਆ, ਜਿਹੜਾ ਕਿ ਬਾਅਦ ਦੇ ਵਿੱਚ ਜਦੋਂ ਇੱਕ ਕਮਿਸ਼ਨ ਗਠਿਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ, ਉਸ 'ਚੋਂ ਸਾਰੇ ਦੇ ਸਾਰੇ ਕੇਸ ਝੂਠੇ ਪਾਏ। ਹੁਣ ਮੈਂ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ।
ਬਹੁਤ ਜਿਹੜੇ ਲੋਕਲ ਮਸਲੇ ਨੇ ਜਿਹੜੇ ਕੰਮ ਕੀਤੇ ਗਏ ਨੇ ਕਾਂਗਰਸ ਦੀ ਸਰਕਾਰ ਦੇ ਦੌਰਾਨ, ਕਾਂਗਰਸ ਦੇ ਐਮ ਐਲ ਏ ਸਾਹਿਬ ਦੇ, ਪਹਿਲੇ ਲਾਲ ਸਿੰਘ ਜੀ ਦੇ, ਫਿਰ ਹੁਣ ਰਜਿੰਦਰ ਜੀ ਦੇ ਦੇਖ ਰੇਖ ਹੇਠਾਂ ਇੱਥੋਂ ਵਿਸਤਾਰ 'ਤੇ ਦੱਸੇ ਗਏ ਨੇ। ਮੈਂ ਉਹਨਾਂ ਗੱਲਾਂ 'ਤੇ ਨਹੀਂ ਜਾਊਂਗੀ। ਮੈਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਤੁਸੀਂ ਇਹ ਵੋਟ ਪਾਉਣੀ ਆ 19 ਤਰੀਕ ਨੂੰ, ਇਹ ਇੱਕ ਬਹੁਤ ਕੀਮਤੀ ਹਥਿਆਰ ਤੁਹਾਡੇ ਹੱਥਾਂ 'ਚ, ਬਹੁਤ ਸੋਚ ਕੇ ਤੁਸੀਂ ਇਹ ਵੋਟ ਪਾਉਣੀ ਹੈ। ਇਹਦੇ ਲਈ ਜੋ ਵਿਰੋਧੀ ਦਲ ਸਾਡੇ ਖਿਲਾਫ ਕਹਿੰਦਾ ਪਾਰਟੀ ਦੇ, ਔਰ ਜੋ ਉਮੀਦਵਾਰ ਹੈ ਉਹ ਮੇਰੇ ਖਿਲਾਫ ਕਹਿੰਦੇ ਨੇ, ਉਹ ਥੋੜ੍ਹਾ ਬਹੁਤਾ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਹਾਂ। ਮੈਂ ਕਿਸੇ ਦੇ ਖਿਲਾਫ ਕੋਈ ਗੱਲ ਨਹੀਂ ਕਰਨਾ ਚਾਹੁੰਦੀ, ਸਭ ਵਧੀਆ ਨੇ, ਪਰ ਇਹ ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਗਾਂਧੀ ਆ ਕੇ ਕਹਿੰਦਾ ਕਿ 5 ਸਾਲਾਂ 'ਚ ਮੈਂ ਗਾਂਧੀ ਨੇ ਬਹੁਤ ਜ਼ਿਆਦਾ ਕੰਮ ਕੀਤੇ, ਉਸ ਤੋਂ ਪਹਿਲੇ ਪ੍ਰਣੀਤ ਨੇ ਕੋਈ ਕੰਮ ਨਹੀਂ ਕੀਤੇ। ਗਾਂਧੀ ਜੀ, ਮੈਂ ਇੰਨਾ ਹੀ ਕਹਿਣਾ ਚਾਹੁੰਦੀ ਹਾਂ, 15 ਸਾਲਾਂ ਦਾ ਤਾਂ ਲੇਖਾ ਜੋਖਾ ਬਹੁਤ ਲੰਬਾ, ਮੈਂ ਨਹੀਂ ਦੇ ਸਕਦੀ। 5 ਸਾਲਾਂ 'ਚ ਜੇ 2 ਬੜੇ ਕੰਮ ਕੀਤੇ ਨੇ ਹੋਰ ਕਈ ਕੰਮਾਂ ਦੇ ਨਾਲ, ਉਹ ਪਿਛਲੇ ਮੈਂ ਦੱਸ ਦਿੰਦੀ ਹਾਂ, ਔਰ ਹੁਣ ਜਿਹੜੇ ਸਰਕਾਰ 'ਚ ਕੰਮ ਕੀਤੇ ਹੈ ਉਹ ਤੁਹਾਨੂੰ ਦੱਸੇ ਗਏ ਨੇ। ਪੂਰਾ ਰਜਿੰਦਰ ਜੀ ਦੇ ਨਾਲ ਜਾ ਕੇ ਇਹ ਸਾਰਾ ਕੰਮ ਤਿਆਰ ਕਰਾਉਂਦੇ ਸੀ, ਜਿੱਥੇ ਮੇਰੀ ਲੋੜ ਸੀ ਇਹਨਾਂ ਨੇ ਮੈਨੂੰ ਸਾਫ ਨਾਮ ਦਿੱਤਾ, ਨਾਮ ਮੰਗਿਆ, ਮੈਂ ਗਈ ਔਰ ਤੁਹਾਡੇ ਕੰਮ ਕਰਵਾਏ। ਪਿੱਛੇ ਜਦ ਮੈਂ ਮਿਨਿਸਟਰ ਸੀ 2 ਬਹੁਤ ਵੱਡੇ ਪ੍ਰੋਜੈਕਟ ਲੈ ਕੇ ਆਈ ਮੈਂ, ਇੱਕ ਤਾਂ ਰਜਿੰਦਰਾ ਹੋਸਪਿਟਲ 'ਚ 150 ਕਰੋੜ ਮਲਟੀ ਸਪੈਸ਼ਲਿਟੀ ਦਾ, ਉਹ ਪੈਸਾ ਰੁਕਿਆ ਰੱਖਿਆ ਪਹਿਲੇ ਅਕਾਲੀਆਂ ਨੇ ਔਰ ਉਸ ਦੇ ਬਾਅਦ ਇਸ ਸਰਕਾਰ ਨੇ, ਪਰ ਹੁਣ ਲੱਗ ਗਿਆ, ਬਿਲਡਿੰਗ ਬਣ ਗਈ ਹੈ, ਉਹ ਸਹੂਲਤਾਂ ਹੁਣ ਜਲਦੀ ਸ਼ੁਰੂ ਹੋ ਜਾਣਗੀਆਂ, ਕਿਉਂਕਿ ਪ੍ਰਾਈਵੇਟ ਹਸਪਤਾਲਾਂ 'ਚ ਲੋਕ ਸਾਰੇ ਜਾ ਨਹੀਂ ਸਕਦੇ। ਉਸ ਦੇ ਬਾਵਜੂਦ ਬਨੂੜ ਹਲਕੇ 'ਚ ਬਨੂੜ ਟੱਪਦੇ ਹੀ ਚੌਂਕ ਦੇ ਬਾਅਦ ਖੱਬੇ ਪਾਸੇ ਇੱਕ ਬਹੁਤ ਵੱਡੀ ਬਿਲਡਿੰਗ ਤੁਹਾਨੂੰ ਦੇਖੂਗੀ, ਉਹ ਇੱਕ ਫੈਸ਼ਨ ਫੁੱਟਵੇਅਰ ਡਿਜ਼ਾਈਨ ਇੰਸਟੀਟਿਊਟ ਬਣਵਾਇਆ 550 ਕਰੋੜ ਦੀ ਲਾਗਤ ਦੇ ਨਾਲ, ਔਰ ਉਹਦੇ ਵਿੱਚ 1000 ਬੱਚਾ ਹਰ ਸਾਲ ਉੱਥੋਂ ਡਿਗਰੀ ਲਊਗਾ ਔਰ ਡਿਗਰੀ ਦੇ ਬਾਅਦ ਸਾਲ ਦੇ ਬਾਅਦ ਮਲਟੀ ਨੈਸ਼ਨਲ ਕੰਪਨੀ 'ਚ ਉਹਦੀ ਨੌਕਰੀ ਲੱਗੂਗੀ, ਉੱਥੋਂ ਹੀ ਆਪਣੇ ਉੱਥੇ ਕੈਂਪਸ ਦੇ ਵਿੱਚ ਹੋਈ। ਸੋ ਹੋਰ ਬਹੁਤ ਕੁਝ ਕੀਤਾ ਜੋ ਪੰਜਾਬੀਆਂ ਨੇ ਕੀਤਾ ਬਾਹਰਲੇ ਮੁਲਕਾਂ 'ਚ, ਉਹ ਤਾਂ ਬਹੁਤ ਲੰਬੀ ਚੌੜੀ ਲਿਸਟ ਹੈ, ਮੈਂ ਕਹਿਣਾ ਹੀ ਨਹੀਂ ਚਾਹੁੰਦੀ, ਇਹ NRI 'ਤੇ ਦੱਬੀ ਜਾਂਦਾ, ਇੰਨਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਟਲੀ ਦੇ ਵਿੱਚ 18,000 ਪਰਿਵਾਰ ਜਿਹੜੇ ਕਿ 40,000 ਬਣਦੇ ਨੇ ਉਹਨਾਂ ਦੀ PR ਸ਼ਿਫਟ ਕਰਵਾਈ ਮੈਂ ਆਪ, ਔਰ ਜਿਹੜੇ ਦੁਬਈ ਤੋਂ 17 ਬੰਦੇ ਫਾਂਸੀ 'ਤੇ ਚੜ੍ਹੇ ਸੀ ਉਹਨਾਂ ਨੂੰ ਅੱਗੇ SP ਓਬਰਾਏ ਜੀ ਨੂੰ ਲਗਾ ਕੇ, ਪਿੱਛੋਂ ਮਨਮੋਹਨ ਸਿੰਘ ਜੀ ਨੇ ਮੈਨੂੰ ਕਿਹਾ, ਮੈਂ ਉਹਨਾਂ ਦੇ ਸਾਰੇ ਕੰਮ ਕਰਵਾ ਕੇ ਉਹਨਾਂ ਨੂੰ ਘਰ ਲੈ ਕੇ ਆਏ। 600 ਬੰਦਾ ਬੈਨਗਾਜ਼ੀ 'ਚ ਲਿਬੀਆ 'ਚ ਫਸ ਗਿਆ ਸੀ, ਬਿਨਾਂ ਪਾਣੀ, ਕੱਪੜਾ, ਦਵਾਈ ਔਰ ਕੋਈ ਪੈਸਾ ਨਹੀਂ ਘਰ ਆਉਣ ਨੂੰ, ਟਿਕਟ ਵੀ ਨਹੀਂ ਲੈ ਸਕਦੇ ਸੀ, ਨਾ ਉਹ 500
ਡਾਲਰ ਫੀ ਦੇ ਸਕਦੇ ਸੀ ਜਿਹੜੀ ਉਹਨਾਂ ਨੂੰ ਦੇ ਕੇ ਦੇਸ਼ ਤੋਂ ਨਿਕਲਣ ਦੇ ਰਹੇ ਸੀ। ਇਹ ਸਾਰੇ ਕੰਮ ਕਰਵਾਏ, ਪਰਸਨਲ ਗਾਰੰਟੀ ਦਿੱਤੀ। ਔਰ ਵਿਆਦਾ ਰਵੀ ਜੀ ਸਾਡੇ ਓਵਰਸੀਜ਼ ਦੇ ਮਿਨਿਸਟਰ ਸੀ, ਉਹਨਾਂ ਤੋਂ ਉਹਨਾਂ ਦੇ ਟਿਕਟਾਂ ਦੇ ਪੈਸੇ ਲੈ ਕੇ ਇੱਕ ਇੱਕ ਨੂੰ ਘਰ ਪਹੁੰਚਵਾਇਆ। ਸੋ ਗੱਲਾਂ ਬਹੁਤ ਕਰਨ ਵਾਲੀਆਂ ਨੇ, ਪਰ ਮੈਂ ਇੰਨਾ ਹੀ ਦੱਸਣਾ ਚਾਹੁੰਦੀ ਹਾਂ ਗਾਂਧੀ ਨੂੰ ਕਿ ਇਹੋ ਜਿਹੀਆਂ ਗੱਲਾਂ ਨਾ ਕਰੋ, ਤੁਸੀਂ ਆਪਣਾ ਪ੍ਰੋਗਰਾਮ ਦਿਓ। ਅਸੀਂ ਤਾਂ ਆਪਣੇ ਪਾਰਟੀ ਦਾ ਪ੍ਰੋਗਰਾਮ ਦਿੰਦੇ ਹਾਂ, ਜੋ ਕੰਮ ਕਰਦੇ ਹਾਂ ਉਹ ਆਪੇ ਬੋਲਦਾ। ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਪਾਰਟੀ ਨੇ ਇੱਕ ਬਹੁਤ ਵਧੀਆ ਮੈਨੀਫੈਸਟੋ ਕੀਤਾ ਕਿ ਅਵਸ਼ ਸਰਕਾਰ ਕਾਂਗਰਸ ਪਾਰਟੀ ਉਹਨਾਂ ਦੇ ਸਾਥੀਆਂ ਦੀ ਆਊਗੀ ਸੈਂਟਰ 'ਚ। ਔਰ ਰਾਹੁਲ ਜੀ ਨੇ ਆਪਣਾ ਮੈਨੀਫੈਸਟੋ ਦਿੱਤਾ ਜਿਹਦੇ ਵਿੱਚ ਸਭ ਤੋਂ ਮੁੱਖ ਗਰੀਬੀ ਦੇਖੀ ਹੈ। ਉਹਨਾਂ ਨੇ ਇਹ ਕਿਹਾ ਹੈ ਔਰ ਅਵਸ਼ ਅਸੀਂ ਕਰਾਂਗੇ ਕਿ ਗਰੀਬ ਤੋਂ ਗਰੀਬ ਪਰਿਵਾਰ, ਨਾ ਕੋਈ ਜਾਤ, ਨਾ ਕੋਈ ਪਾਤ, ਨਾ ਕੋਈ ਧਰਮ, ਨਾ ਕੋਈ ਪਾਰਟੀ, ਖਾਲੀ ਇਹ ਦੇਖਣਾ ਹੈ ਕਿ ਉਹਨਾਂ ਦੇ 6000 ਤੋਂ ਘੱਟ ਇਨਕਮ ਹੋਏ। ਉਸ ਇਨਕਮ ਦੇ ਵਿੱਚ 6000 ਰੁਪਇਆ ਸੈਂਟਰ ਦੀ ਗਵਰਨਮੈਂਟ ਹਰ ਮਹੀਨੇ ਪਾਊਗੀ, ਉਹਦੇ ਵਿੱਚ 72000 ਰੁਪਇਆ ਸਾਲ ਦਾ ਉਹਨਾਂ ਦਾ ਬਣੇਗਾ। ਕਿਉਂਕਿ ਪੂਰਾ ਸਾਨੂੰ ਇਹ ਅਹਿਸਾਸ ਹੈ ਪਾਰਟੀ ਨੂੰ ਕਿ ਜਿੰਨੀ ਦੇਰ ਗਰੀਬ ਨਹੀਂ ਉੱਪਰ ਉੱਠਦੇ ਤਾਂ ਅਸੀਂ ਕਹਿ ਨਹੀਂ ਸਕਦੇ ਕਿ ਅਸਲੀ ਵਿਕਾਸ ਹੋਇਆ। ਉਸ ਦੇ ਬਾਵਜੂਦ ਦੇਖਿਆ ਹੈ 10-15 ਸਾਲਾਂ 'ਚ ਕਿ ਜਿਹੜਾ ਸਾਡਾ ਕਿਸਾਨ ਹੈ ਪੂਰੇ ਹਿੰਦੁਸਤਾਨ 'ਚ ਉਹਦੀ ਬਹੁਤ ਬੁਰੀ ਹਾਲਤ ਹੋ ਰਹੀ ਹੈ। ਲੋਕਲ ਗਵਰਨਮੈਂਟ ਖਾਲੀ ਕਾਂਗਰਸ ਦੀ ਗਵਰਨਮੈਂਟ ਨੇ ਰਿਆਇਤ ਦਿੱਤੀ ਹੈ, ਪੰਜਾਬ ਨੇ ਸ਼ੁਰੂਆਤ ਕੀਤੀ ਔਰ ਜਦ ਪਿੱਛੇ ਸਾਡੀਆਂ 3 ਸਟੇਟਾਂ 'ਚ ਕਾਂਗਰਸ ਦੀ ਸਰਕਾਰ ਬਣੀ, ਰਾਜਸਥਾਨ, ਮੱਧਿਆ ਪ੍ਰਦੇਸ਼, ਛੱਤੀਸਗੜ੍ਹ, ਉੱਥੇ ਰਾਹੁਲ ਜੀ ਨੇ ਕਿਹਾ ਕਿ ਪੰਜਾਬ ਦੇ ਪੈਟਰਨ 'ਤੇ ਇਹਨਾਂ ਨੂੰ 2-2 ਲੱਖ ਮਾਫ਼ੀ ਕਰਨੀ ਹੈ ਔਰ ਉਹ 10 ਦਿਨਾਂ ਦੇ ਅੰਦਰ ਹੋਈ। ਇਹ ਤਾਂ ਦੱਸ ਰਹੀ ਹੈ ਕਿ ਜੋ ਅਸੀਂ ਕਹਿੰਦੇ ਅਸੀਂ ਕਰਦੇ ਹਾਂ, ਇਲਜ਼ਾਮ ਸਾਡੇ 'ਤੇ ਰਹੇ ਲਾਉਂਦੇ ਕਿ ਵਾਅਦੇ ਨਹੀਂ ਕੀਤੇ ਪੂਰੇ, ਵੀ ਤੁਸੀਂ 10 ਸਾਲਾਂ 'ਚ ਪੰਜੀ ਵੀ ਦਿੱਤੀ ਸੀ ਕਿਸੇ ਨੂੰ। ਇਹ ਤਾਂ ਹੌਲੀ ਹੌਲੀ ਸਭ ਕੁਝ ਹੋਊਗਾ। ਔਰ ਸਾਡੀ ਮੈਨੀਫੈਸਟੋ ਦੇ ਵਿੱਚ ਹੈ ਕਿ ਕਿਸਾਨਾਂ ਲਈ ਇੱਕ ਅਲੱਗ ਬਜਟ ਅਸੀਂ ਪੇਸ਼ ਕਰਾਂਗੇ। ਇਹ ਦੁਨੀਆ 'ਚ ਪਹਿਲੀ ਵਾਰੀ ਹੋ ਰਿਹਾ ਇਤਿਹਾਸ 'ਚ, ਕਿਸੇ ਦੇਸ਼ 'ਚ ਨਹੀਂ ਹੋਇਆ। ਜਿਸ ਤਰ੍ਹਾਂ ਇੱਥੇ ਜਦ ਬਜਟ ਹੁੰਦਾ ਦਿੱਲੀ 'ਚ ਪਾਰਲੀਮੈਂਟ 'ਚ, ਇੱਕ ਜਨਰਲ ਬਜਟ ਹੁੰਦਾ, ਇੱਕ ਰੇਲਵੇ ਦਾ ਬਜਟ ਹੁੰਦਾ, ਔਰ ਹੁਣ ਹੋਊਗਾ ਇੱਕ ਕਿਸਾਨਾਂ ਦਾ ਬਜਟ। ਸੋ ਬਹੁਤ ਤੁਹਾਡੇ ਅੱਗੇ ਗੱਲਾਂ ਕਰਨ ਵਾਲੀਆਂ ਨੇ, ਜੋ ਮਿਹਰ ਕਰਨਾ ਮੈਂ ਤੁਹਾਡੇ ਉੱਤੇ ਦੱਸ ਕੇ ਜਾ ਰਹੀ ਹਾਂ। ਔਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ, ਕਿਉਂਕਿ ਸਭ ਤੋਂ ਵੱਡਾ ਕੈਂਪੇਨਰ ਮੋਦੀ ਹੈ ਇਹਨਾਂ ਦਾ। ਪਿਛਲੀ ਵਾਰੀ 2014 'ਚ ਬਠਿੰਡੇ ਆਇਆ ਤਾਂ ਸੁਖਬੀਰ ਬਾਦਲ ਨੇ ਕਿਹਾ ਮੋਦੀ ਜੀ ਨੂੰ ਵੋਟਾਂ ਪਾਓ ਕਿ ਟਰੱਕ ਭਰ ਭਰ ਕੇ ਨੋਟਾਂ ਦੇ ਅਸੀਂ ਪੰਜਾਬ 'ਚ ਲੈ ਕੇ ਆਵਾਂਗੇ। ਪੰਜਾਬ ਦੀ ਤਾਂ ਹੋਈ ਹੋਈ ਹੈ ਕੁੜਕੀ। ਹੁਣ 10 ਦਿਨ ਪਹਿਲੇ ਸੁਖਬੀਰ ਬਾਦਲ ਜੀ ਕਹਿੰਦੇ ਕਿ ਤੁਸੀਂ ਮੋਦੀ ਜੀ ਔਰ ਅਕਾਲੀ ਦਲ ਦੀ ਸਰਕਾਰ ਬਣਵਾਓ, ਸੈਂਟਰ 'ਚ ਟਰਾਲੇ ਭਰ ਕੇ ਲੈ ਕੇ ਆਵਾਂਗੇ। ਟਰੱਕ ਤੋਂ ਟਰਾਲੇ 'ਤੇ ਆ ਗਏ, ਟਰਾਲੇ ਨੂੰ ਮੈਂ ਤਾਂ ਕਹਿੰਦੀ ਹਾਂ ਤੁਸੀਂ 3-wheeler ਹੀ ਭੇਜ ਲਓ, ਸਾਨੂੰ ਉਹਨਾਂ ਵੀ ਕਾਫੀ ਹੋ ਜਾਊਗਾ, ਉਹ ਵੀ ਨਹੀਂ ਆਉਣਾ।
ਰਹੀ ਗੱਲ ਇਹਨਾਂ ਨੇ ਨੋਟ ਕੀ ਭੇਜਣੇ ਸੀ, ਨੋਟਬੰਦੀ ਕਰਤੇ, ਨੋਟਬੰਦੀ ਕਰਤੀ, ਔਰ ਉਹ ਵੀ ਜਿਹੜੀਆਂ ਮੇਰੀਆਂ ਬੀਬੀਆਂ ਭੈਣਾਂ ਬਜ਼ੁਰਗਾਂ ਦੇ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਹੋਏ ਹੋਏ ਸੀ, ਅਸੀਂ ਬੈਠੇ ਹੋ ਬੀਬੇ ਹੋ, ਅਸੀਂ ਆਪਣੇ ਘਰ ਵਾਲਿਆਂ ਤੋਂ ਥੋੜ੍ਹਾ ਜਿਹਾ ਓਲੇ ਹੋ ਕੇ ਕਦੀ 1000 ਰੱਖ ਲੈਂਦੇ ਹਾਂ, ਕਦੀ 100 ਰੱਖ ਲੈਂਦੇ ਹਾਂ, ਕਦੀ 50 ਰੱਖ ਲੈਂਦੇ ਹਾਂ ਕਿ ਕਿਸੇ ਦਿਨ ਸਾਨੂੰ ਕੰਮ ਆਉਣਗੇ। ਉਹ ਪੈਸੇ ਵੀ ਬੜੀ ਮੁਸ਼ਕਿਲ ਨਾਲ ਕਈਆਂ ਦੇ ਬਦਲੇ ਗਏ, ਕਈਆਂ ਦੇ ਨਹੀਂ, ਕਿਉਂਕਿ ਜਿਹੜੇ ਵੱਡੇ ਵੱਡੇ ਬਹੁਤ ਅਰਬਾਂਪਤੀ ਉਹਨਾਂ ਨੇ ਪਹਿਲੇ ਹੀ ਸਾਰੇ ਨੋਟ ਬਦਲਾ ਲਏ ਔਰ ਬੈਂਕਾਂ 'ਚ ਨੋਟ ਹੀ ਘੱਟ ਰਹਿ ਗਏ ਬਦਲਣ ਦੇ ਲਈ। ਇਹ ਤਾਂ ਇਹਨਾਂ ਦੀ ਹਾਲਤ ਹੈ, ਇਹਨਾਂ ਨੇ ਸਾਡੇ ਸਿਰ 'ਤੇ ਥੋਪਿਆ। ਸੋ ਇਹ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਜਦ ਤੁਸੀਂ ਵੋਟ ਪਾਓਗੇ ਨਾ, ਵੋਟ ਆਪਣੀ ਖਰਾਬ ਨਹੀਂ ਕਰਨੀ। ਵੋਟ ਪਾਓ ਜਿੱਥੇ ਤੁਹਾਨੂੰ ਜ਼ਿਆਦਾ ਸਿਸਟਮ ਵਧੀਆ ਬਣਿਆ। ਸਾਡਾ ਕਾਂਗਰਸ ਪਾਰਟੀ ਦਾ ਸਿਸਟਮ ਹੈਗਾ, ਐਮ ਪੀ ਹੁੰਦਾ ਹੈ, ਸਾਡੇ ਐਮ ਐਲ ਏ ਹੈਗੇ ਨੇ, ਤੁਸੀਂ ਇਹਨਾਂ ਕੋਲ ਜਾ ਸਕਦੇ ਹੋ। ਐਮ ਐਲ ਏ ਦੇ ਹੇਠਾਂ ਜ਼ਿਲ੍ਹਾ ਪਰਿਸ਼ਦ, ਬਲਾਕ ਸਮਿਤੀ, ਸਰਪੰਚ, ਪੰਚ, ਅਸੀਂ ਸਾਰੇ ਇੱਕ ਦੂਜੇ ਨੂੰ ਸਾਥ ਦਿੰਦੇ ਹਾਂ, ਵਿਕਾਸ ਦੇ ਵਿੱਚ ਸਾਥ ਦਿੰਦੇ ਹਾਂ। ਤੁਹਾਡੇ ਨਿੱਜੀ ਕੰਮਾਂ ਲਈ ਤੁਸੀਂ ਜਾ ਸਕਦੇ ਹੋ। ਜਿੱਥੇ ਧਰਮਵੀਰ ਗਾਂਧੀ ਕੈਂਡੀਡੇਟ ਹੈ, ਉਹ ਇਕੱਲਾ ਆਪਣੀ ਪਾਰਟੀ ਦਾ, ਉਹ ਆਪ ਪਾਰਟੀ ਦਾ ਵੀ ਨਹੀਂ ਰਿਹਾ, ਆਪ ਪਾਰਟੀ ਦਾ ਫਿਰ ਵੀ 15-20 ਐਮ ਐਲ ਏ ਨੇ, ਅੱਗੇ ਕੁਛ ਹੈ ਨਹੀਂ। ਇਹ ਹੋਰ ਗੱਲ ਹੈ, ਅਕਾਲੀਆਂ ਦਾ ਹੈ, ਉਹਨਾਂ ਦਾ ਤਾਂ ਤੁਸੀਂ ਹਾਲ ਦੇਖੀ ਹੈ। ਸੋ ਬਹੁਤ ਸੋਚ ਸਮਝ ਕੇ ਤੁਸੀਂ ਵੋਟ ਪਾਉਣੀ ਹੈ, ਔਰ ਮੈਨੂੰ ਪੂਰੀ ਆਸ ਹੈ ਕਿ ਇੱਥੋਂ ਬਹੁਤ ਵਧੀਆ ਤਰੀਕੇ ਦੇ ਨਾਲ ਹਰ ਵਕਤ ਕਾਂਗਰਸ ਪਾਰਟੀ ਜਿੱਤਦੀ ਹੈ, ਜਿਤਾ ਕੇ ਭੇਜੋਗੇ। ਇਹ ਕੰਮ ਹੁਣ ਤੁਹਾਡਾ ਹੈਗਾ, 19 ਤਰੀਕ ਤੱਕ ਤੁਹਾਡੇ ਨੂੰ ਵੋਟਾਂ ਪਾਉਣੀਆਂ ਨੇ, ਪੈਣੀਆਂ ਨੇ। ਤੁਸੀਂ ਅੱਗੇ ਕੈਨਵਸ ਕਰਨਾ ਹੈ, 19 ਤਰੀਕ ਦੇ ਬਾਅਦ, 23 ਦੇ ਬਾਅਦ ਜਦ ਰਿਜ਼ਲਟ ਨਿਕਲੂਗਾ, ਫਿਰ 5 ਸਾਲ ਸਾਡੀ ਜ਼ਿੰਮੇਵਾਰੀ ਹੋਏਗੀ। ਸੋ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਮੈਂ, ਔਰ ਆਸ ਰੱਖਦੀ ਹਾਂ ਕਿ ਅਸੀਂ ਸਾਰੇ ਰਲ ਕੇ ਇਸ ਵਧੀਆ ਸਾਲ ਦੇ ਵਿੱਚ 550 ਸਾਲਾਂ ਗੁਰੂ ਨਾਨਕ ਦੇਵ ਜੀ ਦਾ, ਇਸ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਿਰਾਂ ਦੇ ਉੱਤੇ ਮਿਹਰ ਭਰਿਆ ਹੱਥ ਧਰਨ, ਵਾਹਿਗੁਰੂ ਪਰਮਾਤਮਾ, ਅਸੀਂ ਰਲ ਮਿਲ ਕੇ ਆਪਣੇ ਪਿੰਡ ਦਾ, ਆਪਣੇ ਸੂਬੇ ਦਾ ਔਰ ਆਪਣੇ ਦੇਸ਼ ਦਾ ਕੰਮ ਕਰੀਏ। ਬਹੁਤ ਬਹੁਤ ਧੰਨਵਾਦ। ਜੈ ਹਿੰਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।